ਮੈਨੂੰ ਯਾਦ ਆਵੇ ਅਸੀਂ ਬੈਠੇ ਸੀ ਤੇ ਉਹ ਕਹਿੰਦੇ ਯਾਰ ਇਹ ਰੋਲ ਸੈਮੂਲ ਭਾਜੀ ਕਰਨ ਦਾ ਬਹੁਤ ਵਧੀਆ ਉਹ ਸਾਰੇ ਬੈਠੇ ਰਹੇ ਉਹ ਕਹਿੰਦੇ ਯਾਰ ਸੈਮੂਲ ਭਾਜੀ ਪਤਾ ਨਹੀਂ ਕਹਿੰਦੇ ਬੰਦਾ ਕਰੂਗਾ ਕਿ ਨਹੀਂ ਕਰੂਗਾ ਮੈਂ ਉਦੋਂ ਇੱਕ ਦੋ ਵਾਰ ਮਿਲਿਆ ਸੀ ਇਹਨਾਂ ਨੂੰ ਹੈਲੋ ਹਾਏ ਬਣਾ ਇਸ ਤਰ੍ਹਾਂ ਰਿਹਾ ਕਿ ਜਿਹੜਾ ਪਿੰਨ ਇਨਸਪੈਕਟਰ ਹੋਊਗਾ ਜਾਂ ਐਸਐਚਓ ਰੋਬ ਨਾਲ ਹੀ ਬੋਲੂਗਾ ਕਈ ਵਾਰ ਅਲੱਗ ਤਰ੍ਹਾਂ ਦੇ ਲੋਕ ਹੁੰਦੇ ਨੇ ਜ਼ਾਤੀ ਜ਼ਿੰਦਗੀ 'ਚ ਹਰ ਬੰਦਾ ਜੇ ਤੁਸੀਂ ਪੰਜਾਬ ਪੰਜਾਬ 'ਚ ਜਾਓ ਤੇ ਜਿਹੜੇ ਇਨਸਪੈਕਟਰ ਨੇ ਪੁਲਿਸ ਨਾਲ ਨਾਰਮਲ ਤਰੀਕੇ ਰੋਬ ਨਾਲ ਥੋੜਾ ਬੋਲਦੇ ਸਾਰੇ ਦਾ ਰੋਬ ਥੋੜਾ ਚੱਕੀ ਬੈਠੇ ਆ ਜਦੋਂ ਲੋਡ ਪਾਊਗੀ ਉਦੋਂ ਯੂਜ਼ ਕਰਦੇਗੇ ਪਰ ਸ਼ਰਾਬੀ ਜਿਹੜਾ ਬੰਦਾ ਹੁੰਦਾ ਉਹ ਐਕਚੁਅਲ ਲਾਈਫ 'ਚ ਉਹ ਹਮੇਸ਼ਾ ਇਹ ਕਿ ਦਸਾਂ ਦੀ ਕੋਸ਼ਿਸ਼ ਕਰਦਾ ਕਿ ਮੈਂ ਸ਼ਰਾਬ ਨਹੀਂ ਪੀਤੀ ਹੋਈ ਪਰ ਆਪਣੇ ਫਿਲਮੇ ਵਿੱਚ ਕੀ ਯੂਜ਼ ਹੁੰਦਾ ਵੀ ਉਹ ਇਹ ਦੱਸਣਾ ਚਾਹੁੰਦੇ ਨੇ ਵੀ ਮੈਂ ਸ਼ਰਾਬ ਪੀਤੀ ਹੋਈ ਇੱਕ ਸਾਡੇ ਕੋਈ ਕਲਾਕਾਰ ਸੀ ਲੜਕੀ ਉਹ ਬਿਮਾਰ ਰਿੰਦੀ ਹੁੰਦੀ ਸੀ ਕੋਈ ਕਰੇ ਕੋਈ ਦਿੱਕਤਾਂ ਸੀ ਗਿਉਂ ਦੋਰੇ ਬੰਦੇ ਸੀ ਬਹੁਤ ਹਾਈ ਫਾਈ ਔਰ ਪੜੀ ਲਿਖੀ ਬਹੁਤ ਕਮਾਲ ਪਰ ਉਹ ਥੋੜੀ ਮਨੋਵਿਗਿਆਨਕ ਤੌਰ ਤੇ ਦਿੱਕਤ ਸੀ ਨਿਸ਼ੇੜੀ ਬੰਦਾ ਸੁਖ ਵੀਰੇ ਜੀ ਇੱਕ ਵਾਰੀ ਵੀ ਇਹ ਕਿਤੇ ਜ਼ਹਿਨ ਚੋ ਦਿਆ ਜੇ ਨਾ ਕਿ ਯਾਰ ਮੇਰੀ ਜ਼ਿੰਦਗੀ ਮਹੱਤਵਪੂਰਨ ਹੈ ਡਾਕਟਰ ਦੀ ਲੋੜ ਨਹੀਂ ਪੈਣੀ ਨਸ਼ਾ ਛਡਾਉਣ ਲਈ ਇੰਨੀ ਪਾਵਰ ਹੁੰਦੀ ਹੈ ਤੁਹਾਡੇ ਅੰਦਰ ਜੀ ਅੱਜ ਮਿੰਟ ਨੂੰ ਤੁਸੀਂ ਦੇਖੋ ਜਿਹੜਾ ਸਵਿਸਟਿਕੇਟਡ ਐਨਕਾਂ ਲਾ ਕੇ ਇੰਨੀ ਸਿਆਣੀਆਂ ਜਿਹੜੀਆਂ ਗੱਲਾਂ ਕਰੀ ਜਾਂਦਾ ਤੇ ਜੇ ਤੁਸੀਂ ਕਹੋਗੇ ਵੀ ਉਹ ਬੰਦਾ ਮੈਂ ਕੀ ਕਿਸ ਹਾਲਾਤਾਂ ਚ ਵੇਖਿਆ ਤੁਸੀਂ ਕਹੋਗੇ ਨਹੀਂ ਐ ਤਾਂ ਝੂਠ ਬੋਲਣਾ ਦੋ ਤਿੰਨ ਵਾਰੀ ਮੇਰੇ ਸਾਹਮਣੇ ਮੇਰੇ ਸਾਡੇ ਗਵਾਂਢੀ ਨਾਲ ਲੜ ਪਿਆ ਸੀ ਮਤਲਬ ਇੰਜ ਲੜ ਪੈਣਾ ਵੀ ਉਹਨਾਂ ਲਈ ਤਾਂ ਵੀ ਇਹ ਆ ਵੀ ਯਾਰ ਤੁਸੀਂ ਕੀ ਕਰੋਗੇ ਵੀ ਯਾਰ ਇੰਜ ਆ ਵੀ ਤੈਨੂੰ ਸ਼ਾਮ ਦਾ ਨਸ਼ਾ ਦੇ ਦਾਂਗੇ ਕਦੋਂ ਚੱਲ ਮੈਂ ਬਹੁਤ ਪੈਸੇ ਵਾਲੇ ਦੇਖਿਆ ਬੰਦੇ ਉਹਨਾਂ ਕੋ ਸਿਰਫ ਪੈਸਾ ਹੀ ਹੈ ਹੋਰ ਕੁਝ ਵੀ ਨਹੀਂ ਕਰ ਲੋ ਤਾਂ ਮੈਂ ਅਮੀਰਾਂ ਦੇ ਘਰ ਵੀ ਰਿਹਾ ਮੈਂ ਵੇਖਿਆ ਵੀ ਆ ਤੇ ਮੈਨੂੰ ਜਦੋਂ ਇਹਨਾਂ ਕੋ ਜੰਨਾ ਮੀਰਾਂ ਦਾ ਘਰ ਕੋ ਜੰਨਾ ਤਾਂ ਮੈਨੂੰ ਇਹ ਗੱਲ ਮਹਿਸੂਸ ਹੁੰਦੀ ਯਾਰ ਬਾਹਲੇ ਪੈਸੀ ਲੋੜ ਹੈ ਨਹੀਂ ਤਾਂ ਜੇ ਤੁਸੀਂ ਕਿਸੇ ਨੂੰ ਸ਼ਰਾਬ ਦੇਣਾ ਹੋਵੇ ਨਾ ਜੀ ਗਵਰਨਰ ਬਹੁਤ ਜ਼ਿਆਦਾ ਪੈਸਾ ਦੇ ਦੋ ਅੱਧਾ پاਗਲ ਹੁੰਜੀ ਹੋ ਜਾਊਗਾ ਮਾਤਾ ਦਾ ਪੈਸੇ ਨਹੀਂ ਮਾਰਦੇ ਉਹ ਯਾਰ ਉਹ ਉਹਨੇ ਹਸਾਬ ਕਿਤਾਬ ਜੀ ਉਲਝ ਜਾਣਾ ਜੇ ਕੋਈ ਚਾਹ ਵੀ ਕੈਸੀ ਖੁਸ਼ ਹੋਣ ਵਾਲੇ ਬੰਦੇ ਭਰਾਵਾ ਸਾਡੇ ਮੇਰੇ ਚ ਉਹ ਵੀ ਕੰਮ ਆ ਵੀ ਲੋਡ ਪੈਦਾ ਦੇ ਚਲੋ ਸਿਆਣੇ ਜੇ ਬਣ ਜਾਈਦਾ ਤੇ ਜੇ ਲੋਡ ਪੈਸੀ ਕਮਲੇ ਵੀ ਸਿਰੇ ਦੇ ਜਿੰਨੇ ਕ ਕਮਲੇ ਸੀ ਉਹਨੇ ਕ ਸਿਆਣੇ ਵੀ ਹੈਗੇ ਆ ਤੇ ਮੈਂ ਕ ਭਾਜੀ ਆਪਾਂ 5 ਮਿੰਟ ਘਰੇ ਜਾਣਾ ਵੀ ਹੈਲੋ ਬੋਲ ਕੇ ਆਉਣਾ ਤੇ ਭਾਜੀ ਕਹਿੰਦੇ ਚਲ ਕੋਈ ਨਹੀਂ ਭਾਜੀ ਨੇ ਪੱਗ ਪੱਗ ਬੰਨੀ ਤੇ ਪੁਲਿਸ ਯੂਨੀਫਾਰਮ ਜੀ ਸੀ ਮੈਂ ਘਰੇ ਲੈ ਗਿਆ ਮੈਂ ਜਦੋਂ ਘਰੇ ਪਹੁੰਚਿਆ ਤੇ ਮੈਨੂੰ ਤੇ ਆਫਕੋਰਸ ਪਤਾ ਸੀ ਵੀ ਭਾਜੀ ਇਹ ਐਕਟਰ ਕਰ ਲੇ ਮੇਰੇ ਮੰਮੀ ਆਏ ਤੇ ਮੰਮੀ ਦੇ ਰੰਗ ਜੀ ਉੱਟ ਗਏ ਮੈਨੂੰ ਇੱਕ ਉਹਨੂੰ ਲੱਗਿਆ ਕਿ ਸਾਲਾ ਪੁਲਿਸ ਵਾਲਾ ਪਤਾ ਨਹੀਂ ਕੌਣ ਆ ਗਿਆ ਭਾਈ ਜੀ ਤੁਸੀਂ ਸਮਝਾਓਗੇ ਕਦੀ ਖੱਪ ਛੋਟੀ ਯਾਰ ਤੇ ਮੇਰਾ ਤੂੰ ਮੂੰਹ ਦੇਖਾ ਸੀ ਗੱਲਾਂ ਚੰਗੀ ਤਰ੍ਹਾਂ ਦਿਖਾ ਦੇ ਮੈਂ ਦੇਖਿਆ ਵੀ ਇਹ ਤਾਂ ਕੰਮ ਜਿਆਦਾ ਖਰਾਬ ਆ ਵੀ ਇੰਨੇ ਬਹੁਤ ਪੀੜ ਕਾਲ ਜਿਹਦੇ ਵਿਚਾਰਤੀ ਸਾਰੇ ਇੱਕ ਪ੍ਰਭਾਵ ਜਾਂ ਪਾ ਦਈਏ ਫਿਰ ਇਹਨਾਂ ਤੇ ਮੈਂ ਆ ਦੀ ਜਿਪਸੀਜੀ ਚੋਂ ਇੱਕ ਬੰਦਾ ਕੱਢਿਆ ਉਹ ਹੁੰਦਾ ਪੂਰਾ ਮੂਟਾ ਤਾਜ ਮੈਂ ਸਾਹਮਣੇ ਲਿਆਇਆ ਉਹ ਉਹਨਾਂ ਦੇ ਥੜ ਥੜ ਤਿੰਨ ਚਾਰ ਮਾਰਿਆ ਉਹ ਸਾਰੇ ਚੁੱਪ ਹੋ ਗਏ ਨੇ ਨਾਲ ਹੀ ਵੀ ਆ ਕੇ ਚੱਕਰ ਪੈ ਗਿਆ ਅੰਦਰ ਮੈਂ ਹੱਸ ਰਿਹਾ ਸੀ ਯਾਰ ਵੀ ਐਡਾ ਮੂਟਾ ਤਾਜਾ ਬੰਦੇ ਨੂੰ ਮੈਂ ਕੁੱਟ ਤਾਂ ਹੀ ਰਿਹਾ ਕਿਉਂਕਿ ਮੇਰੇ ਪਰਦੇ ਦੀ ਮੈਂ ਕਹਿਆ ਯਾਰ ਜੇ ਮੈਨੂੰ ਇਹ ਅੱਗੇ ਪਿੱਛੇ ਮਿਲਿਆ ਉਹਨਾਂ ਮੇਰੀ ਧੂੜ ਭਰਾ ਉਹ ਮੇਰੇ ਅੰਦਰ ਚੱਲੀ ਦਿਮਾਗ ਚ ਜਗਾ ਸਸਕਾਰ ਦੀ ਤੁਸੀਂ ਦੇਖ ਰਹੇ ਹੋ ਚਸਕਾ ਦੇ ਵੀ ਤੇ ਮੈਂ ਸ਼ਾਇਨ ਕੋਟ ਪੂਰਾ ਜ਼ਿੰਦਗੀ ਦਰਸ਼ਕੋ ਜਿੰਦਗੀ ਬਹੁ ਰੰਗਾਂ ਦਾ ਸਮੇਲ ਖੁਸ਼ੀ ਗਮੀ ਹਾਸੇ ਰੋਣੇ ਬਹੁਤ ਸਾਰੇ ਪੜਾ ਜਿਹੜੇ ਹੈਗੇ ਆ ਜ਼ਿੰਦਗੀ ਦੇ ਵਿੱਚ ਆਉਂਦੇ ਆ ਤੇ ਇਹੋ ਜੇ ਹੀ ਪੜਾਹਾਂ ਨੂੰ ਪੇਸ਼ ਕਰਦੀ ਫਿਲਮ ਆ ਰਹੀ ਹੈਗੀ ਫਿਲਮ ਦਾ ਨਾਮ ਹੈ ਜ਼ਿੰਦਗੀ ਜਿੰਦਾਬਾਦ ਤੇ ਇਸ ਫਿਲਮ ਦੇ ਅਹਿਮ ਕਿਰਦਾਰ ਸਾਡੇ ਨਾਲ ਮੌਜੂਦ ਨੇ ਭਾਈ ਸੁਖਦੀਪ ਸੋਖ ਭਾਈ ਜੀ ਸਵਾਗਤ ਬਹੁਤ ਬਹੁਤ ਧੰਨਵਾਦ ਜੀ ਸਸਕਾਰ ਤੇ ਸਹਿਮੂਲ ਜਨ ਬਾਈ ਬਾਈ ਸਵਾਗਤ ਸਤਿ ਸ਼੍ਰੀ ਅਕਾਲ ਜੀ ਪਹਿਲਾ ਤਾਂ ਮੈਂ ਮੁबारकबाद ਦੇਣਾ ਚਾਹਾਂਗਾ ਜੀ ਕਿ ਇਹੋ ਜੇ ਸਿਰ ਦੇ ਨਾਲੇ ਵਿਸ਼ੇ ਦੇ ਉੱਤੇ ਇੱਕ ਫਿਲਮ ਲੈ ਕੇ ਆ ਰਹੇ ਹੋ ਹੈਗੇ ਹਾਂ ਤੇ ਕਿਹੜੀਆਂ ਕਿਹੜੀਆਂ ਗੱਲਾਂ ਨੇ ਜਾਂ ਕਿਹੜੇ ਕਿਹੜੇ ਪੜਾਅ ਨੇ ਜਿਵੇਂ ਮੈਂ ਗੱਲ ਕੀਤੀ ਹੈਗੀ ਹੈ ਕਿਹੜੇ ਪੜਾਅ ਨੇ ਜਿਹੜੇ ਪੇਸ਼ ਕਰਦੀ ਹੈ ਅ ਜਿੰਨਾ ਕੁ ਮੈਂ ਕਹਿ ਸਕਦਾ ਇਸ ਟਾਈਮ ਤੇ ਹੀ ਹੈ ਕਿ ਅ ਕੁਝ ਕੁ ਫਿਲਮਾਂ ਹੁੰਦੀਆਂ ਕਿ ਜਿਹੜੀਆਂ ਨਾ ਫਿਲਮ ਹੋ ਕੇ ਕੁਝ ਵੱਖਰਾ ਕਰਦੀਆਂ ਕੁਝ ਕਹਾਣੀਆਂ ਵਝੀ ਹੁੰਦੀਆਂ ਕਿ ਜਿਹੜੀਆਂ ਤੁਹਾਡੇ ਦਿਲ ਦੇ ਬਹੁਤ ਨਜ਼ਦੀਕ ਹੁੰਦੀਆਂ ਕੁਝ ਤੁਸੀਂ ਦੇਖੀਆਂ ਹੁੰਦੀਆਂ ਤੇ ਕੁਝ ਤੁਹਾਡਾ ਜੀ ਕਰਦਾ ਵੀ ਇਹ ਲੋਕਾਂ ਸਾਹਮਣੇ ਵੀ ਹੋਣ ਤੇ ਜ਼ਿੰਦਗੀ ਜ਼ਿੰਦਾਬਾਦ ਉਹਨਾਂ ਦਾ ਇੱਕ ਹਿਸਾ ਕਿਉਂਕਿ ਮੈਂ ਮਲੋੜ ਦੇ ਜੰਪਾਣਾ ਮੈਂ ਮਲੋੜ ਦੇ ਨੇ ਪਿੰਡ ਬੁਰਜਾਂ ਤੇ ਜਿਹੜੀ ਇਹ ਕਹਾਣੀ ਉੱਥੋਂ ਦੀ ਹੀ ਸ਼ੁਰੂ ਹੁੰਦੀ ਹੈ ਉੱਥੋਂ ਦੀ ਕਹਾਣੀ ਹੈ ਉੱਥੋਂ ਦੇ ਕਿਰਦਾਰ ਨੇ ਕੁਝ ਕਿਰਦਾਰ ਸੀ ਜਿਹੜੇ ਜਿਨ੍ਹਾਂ ਦੀ ਕਹਾਣੀ ਮੈਨੂੰ ਲੱਗਦਾ ਸੀ ਕਿ ਸਾਨੂੰ ਲੱਗਦਾ ਸੀ ਕਿ ਪਰਦੇ ਤੇ ਆਉਣੀ ਚਾਹੀਦੀ ਹੈ ਤੇ ਉਹ ਕੋਸ਼ਿਸ਼ ਕੀਤੀ ਹੈ ਕਿਉਂਕਿ ਜਿਹੜੇ ਆਪਣਾ ਪੰਜਾਬ ਆ ਇਹ ਮਾਲਵਾ ਮਾਝਾ ਦਵਾਬਾ ਇਥੇ ਮੈਨੂੰ ਇਹ ਤਿੰਨ ਚਾਰ ਭਾਗਾਂ ਚ ਵੰਡਿਆ ਹੋਇਆ ਸੋ ਮੈਂ ਮੈਂ ਉਸ ਭਾਗ ਤੋਂ ਹਾਂ ਸੋ ਜਿੱਥੋਂ ਤੁਸੀਂ ਆਉਣੇ ਹੋ ਜਿੱਥੋਂ ਤੁਸੀਂ ਤੁਹਾਡੀ ਜੰਪ ਵਾਲਿਆ ਤੋਂ ਸੋ ਤੁਹਾਨੂੰ ਉਸ ਇਲਾਕੇ ਦੀ ਖੇਚ ਹੁੰਦੀ ਹੈ ਸੋ ਜੋ ਤੁਸੀਂ ਆਸੇ ਪਾਸੇ ਦੇਖਦੇ ਹੋ ਤੁਹਾਨੂੰ ਲੱਗੇ ਤੁਸੀਂ ਚਾਹ ਨਹੀਂ ਹੋ ਕਿ ਉਹ ਚੀਜ਼ ਆਵੇ ਤੋ ਅਸੀਂ ਵੀ ਕੋਸ਼ਿਸ਼ ਕੀਤੀ ਹੈ ਕਿ ਕੁਝ ਕਹਾਣੀਆਂ ਸੀ ਜਿਹੜੀਆਂ ਜ਼ਿੰਦਗੀ ਜ਼ਿੰਦਾਬਾਦ ਚ ਕਹਿਣੀਆਂ ਜ਼ਰੂਰੀ ਸੀ ਡਾਕੂਆਂ ਦੇ ਮੁੰਡੇ ਚ ਤੁਸੀਂ ਮਿੰਟੂ ਬਾਏ ਦਾ ਇੱਕ ਪੱਖ ਦੇਖਿਆ ਇਹ ਚ ਦੋ ਤਿੰਨ ਵੱਖਰੀਆਂ ਕਹਾਣੀਆਂ ਨੇ ਵੱਖਰੀਆਂ ਜ਼ਿੰਦਗੀਆਂ ਨੇ ਤੇ ਉਹਨਾਂ ਦੇ ਨਾਲ ਜ਼ਿੰਦਗੀ ਚ ਕੀ ਵਾਪਰਦਾ ਮਿੰਟੂ ਗੁਰੂਸਰ ਦੀ ਕਹਾਣੀ ਤਾਂ ਹੈਗੀ ਆ ਪਰ ਨਾਲ ਜੱਗੇ ਬਾਕਸਰ ਸ਼ਿੰਦਾ ਮਾਹਵੀਰ ਰਾਜਾ ਜੋ ਕਿ ਮਲੋਟ ਦੇ ਇੱਕ ਟਾਈਮ ਤੇ ਨੋਟੋਰੀਅਸ کہہ ਸਕਦਾ ਕਿ ਕੈਰੈਕਟਰ ਰਏ ਤੇ ਕਿਵੇਂ ਉਹ ਜ਼ਿੰਦਗੀਆਂ ਕਈ ਜ਼ਿੰਦਗੀਆਂ ਤਾਂ ਪਾਰ ਲੱਗੀਆਂ ਤੇ ਕਈ ਵਿੱਚ ਮਜ਼ਾਰ ਦੇ ਰਹਿ ਗਈਆਂ ਤੇ ਜਿਹੜੇ ਵਿੱਚ ਮਜ਼ਾਰ ਦੇ ਰਹੀਆਂ ਇਹ ਜ਼ਿੰਦਗੀਆਂ ਉਹਨਾਂ ਦੀ ਵੀ ਇਹ ਗੱਲ ਕਰਦੀ ਐ ਸੋ ਤੁਹਾਨੂੰ ਇਹ 27 ਅਕਤੂਬਰ ਨੂੰ ਦੱਸਾਂਗੇ ਵੀ ਕੀ ਹੋਇਆ ਕੀ ਨਹੀਂ ਹੋਇਆ ਤੇ ਕੀ ਹੋਣਾ ਚਾਹੀਦਾ ਸੀ ਸੈਮੂਲ ਬਾਈ ਨਾਲ ਗੱਲ ਕਰਾਂ ਬਾਈ ਜੀ ਫਿਲਮ ਜਦੋਂ ਤੁਹਾਡੇ ਕੋਲੇ ਆਈ ਜ਼ਿੰਦਗੀ ਜਿੰਦਾਬਾਦ ਪਤਾ ਤਾਂ ਵੈਸੇ ਜਿਹੜੇ ਆਪਾਂ ਮਾਲਵੇ ਦੇ ਰਹਿਣ ਨਾਲ ਹੈਗੇ ਜਾਂ ਇੱਧਰ ਦੇ ਜਿਹੜੇ ਪਾਸੇ ਵਾਲੇ ਆ ਸਾਨੂੰ ਪਤਾ ਹੀ ਮੈਂਟੂ ਗੁਰਸੇਰੇ ਬਾਈ ਦੀ ਬੁੱਕ ਹੈਗੀ ਸੀਗੀ ਤੇ ਉਸ ਬੁੱਕ ਦੇ ਵਿੱਚੋਂ ਲਈ ਗਈ ਹੈਗੀ ਬੇਸ ਹੈਗੀ ਆ ਪਰ ਜਦੋਂ ਤੁਹਾਡੇ ਕੋਲ ਆਈ ਕਿ ਮੈਂ ਇਸ ਫਿਲਮ ਦਾ ਹਿੱਸਾ ਬਣ ਸਕਦਾ ਜਾਂ ਮੈਨੂੰ ਮੌਕਾ ਮਿਲ ਰਿਹਾ ਹੈਗਾ ਤੇ ਕਿਹੋ ਜਿਹਾ ਫੀਲ ਸੀਗਾ ਪਹਿਲਾਂ ਤਾਂ ਪਹਿਲਾਂ ਤਾਂ ਇਹ ਸੀ ਮੇਰਾ ਥੀਏਟਰ 'ਚ ਹੀ ਜ਼ਿਆਦਾ ਰੁਚੀ ਆਨ ਸੀ ਤੇ ਪਰ ਜਦੋਂ ਮੇਰੇ ਨਾਲ ਸੰਪਰਕ ਕੀਤਾ ਗਿਆ ਮੈਨੂੰ ਐਸ ਵੀ ਛੋਟਾ ਕੈਰੈਕਟਰ ਆ ਪਰ ਪ੍ਰੇਮ ਸਿੱਧੂ ਸੁਖ ਇਹ ਬੈਠਾ ਇਹਨਾਂ ਲੋਕਾਂ ਨੇ ਇੰਨਾ ਜ਼ੋਰ ਪਾ ਲਾ ਕਹਿੰਦੇ ਕਰੋਨਾ ਹੀ ਤੋਥੋਂ ਹੈ। ਜੀ। ਤੂੰ ਕੋਟਕਪੂਰੇ ਦਾ ਨਾਮ ਕਿਵੇਂ ਲਿਆ ਸੀ ਤੁਸੀਂ? ਮੈਂ ਕੋਟਕਪੂਰੇ ਦਾ। ਮੈਂ ਵੀ ਕੋਟਕਪੂਰੇ ਦੇ ਲੱਗਦਾ। ਅੱਛਾ ਕਿਤੋਂ ਦੇ? ਢਲਵਾ। ਢਲਵਾ। ਬੜਾ ਵਧੀਆ ਛੋਟਾ ਜਿਹਾ ਸ਼ਹਿਰ ਹੈ ਨਾ। ਮੈਂ ਕੋਟਕਪੂਰਾ ਹੀ ਪੜਿਆ। ਅੱਛਾ। ਪਾਕਿਸਤਾਨ ਕਾਲਜ। ਜੇ ਤੇ ਉੱਥੇ ਸਿਵਿਆਂ ਜੀ ਰੈਸਲ ਕਰਦੇ ਹੁੰਦੇ ਸੀ। ਹਾਂ ਚਲੋ ਵਾਕੀ ਫਿਰ ਆਪਾਂ ਇਹ ਤੋਂ ਬਾਅਦ ਵੀ ਗੱਲਬਾਤ ਕਰ। ਸੋ ਪ੍ਰੇਮ ਪ੍ਰੇਮ ਵੀ ਸੀਟਰ ਦਾ ਔਰ ਇਹਨਾਂ ਨੇ ਬੜਾ ਪਰ ਮੇਰਾ ਇਹ ਸੀ ਇੰਟਰਸਟ ਜ਼ਿਆਦਾ ਥੀਏਟਰ ਚ ਸੀਗਾ ਮੈਂ ਉਸ ਤੋਂ ਬਾਅਦ ਹੁਣ ਕੀਤਾ ਸਿਨੇਮਾ ਪਹਿਲਾਂ ਅੰਨੇ ਕੁੜੇ ਦਾ ਦਾਨ ਅਧ ਚਾਨੀ ਰਾਤ ਵਗੈਰਾ ਕੀਤੀਆਂ ਫਿਲਮਾਂ ਤੋਂ ਇਨੀ ਦਿਨੀ ਤਾਂ ਫਿਰ ਹੁਣ ਬਲੈਕੀ ਆ ਵੀ ਉਹਨੇ ਖਤਮ ਕਰਕੇ ਏਟੇ ਬਲੈਕੀ 2 ਦੇਵ ਨਾਲ ਸੋ ਆਪਾਂ ਉੱਥੇ ਗਾਉਣੇ ਆ ਕਿ ਜਦੋਂ ਮੇਰੇ ਕੋਲ ਇਹ ਰੋਲ ਮੈਨੂੰ ਲੱਗਦਾ ਸੀ ਉਹ ਹਰ ਕੈਕਟਰ ਨੂੰ ਐ ਲੱਗਦਾ ਹੁੰਦਾ ਕਿਉਂਕਿ ਮੈਂ ਪਹਿਲਾਂ ਜਿਹੜੇ ਵੱਡੇ ਥੋੜੇ ਜਿਹੇ ਕੈਕਟਰ ਕੀਤੇ ਸੀ ਪਰ ਜਦੋਂ ਮੈਨੂੰ ਉਹਨਾਂ ਨੇ ਸਾਰਾ ਦੱਸਿਆ ਕਿ ਇਹਦੇ ਸੀਨ ਕਿਸ ਕਿਸਮ ਦੇ ਨੇ ਮਿੰਟੂ ਗੁਰੂ ਸ੍ਰੀ ਇਹਨੂੰ ਪੜਦਾ ਹੈ ਜਾਂ ਇੱਕ ਚਾਹ ਪੀਣ ਵਾਲਾ ਸੀਨ ਹੈ ਕੀ ਉਹ ਜਿਹੜੇ ਸੀਨ ਇੰਟਰੋਗੇਸ਼ਨ ਹੈ ਇੱਕ ਜਗ੍ਹਾ ਤੇ ਅਲੱਗ ਕਿਸਮ ਦੀ ਆ ਉਹ ਸਿੱਧਾ ਕੁੱਟਣ ਮਾਰਨ ਵਾਲਾ ਨਹੀਂ ਸਾਈਕੋਲੋਜੀਕਲੀ ਬੰਦੇ ਨੂੰ ਕਿਵੇਂ ਤੋੜਨਾ ਹੈ ਸੋ ਉਹ ਜਦੋਂ ਮੈਂ ਸੀਨ ਪੜ੍ਹੇ ਤੇ ਮੈਨੂੰ ਦੱਸੇ ਗਏ ਇਹਨਾਂ ਨੇ ਦੁਬਾਰਾ ਤੇ ਉਦੋਂ ਮੈਨੂੰ ਲੱਗਾ ਯਾਰ ਇਹਦੇ 'ਚ ਕੁਝ ਹੈ ਤੇ ਇੱਕ ਮੈਨੂੰ ਇਹ ਸੀਗਾ ਯਾਰ ਜਿਵੇਂ ਇੱਕ ਨਾ ਵੀ ਮਿੰਟੂ ਦਾ ਹੋ ਉਹ ਮੁਰੇ ਨਸ਼ਾ ਵਾਲੇ ਪਾਸੇ ਤੋਂ ਐਸੋਲੇ ਪੱਤਰਕਾਰ ਹੈ ਤੇ ਮੈਨੂੰ ਇਹ ਚੰਗੀਆਂ ਲੱਗਦੀਆਂ ਜਿਵੇਂ ਟਰੈਕਟਰ ਲੈ ਜਿੰਦਗੀ ਜਿੰਦਾਬਾਦ ਹੈ ਨਾ ਯਾਰ ਵੀ ਹਰ ਹਾਲ 'ਚ ਮਤਲਬ ਬਹੁਤ ਸਾਰੀ ਬਈ ਅਸੀਂ ਕੋਈ ਗਲਤ ਫੈਸਲੇ ਲੈ ਜਾਂਦੇ ਪਰ ਯਾਰ ਜਿਉਣਾ ਤਾਂ ਹਰੇਕ ਨੂੰ ਚੰਗਾ ਲੱਗਦਾ ਪਰ ਕਈ ਵਾਰੀ ਹਾਲਾਤ ਬਣਦੇ ਆ ਕਿ ਬੰਦੇ ਦਰਦਰ ਹੋ ਜਾਂਦੇ ਆ ਸੋ ਮੈਨੂੰ ਇੱਕ ਟਰੈਕਟਰ ਲੈਦਾ ਕਿਉਂਕਿ ਮੈਂ ਨਾ ਮੇਰੇ ਮੇਰੇ ਬਹੁਤ ਮਸ਼ਹੂਰ ਹੈ ਜਦੋਂ ਕਦੇ ਵੀ ਮੈਂ ਗੱਲਬਾਤ ਕਰਦਾ 1900 99 99 ਤੋਂ ਲੈ ਕੇ ਅਸੀਂ ਇਹ ਸਲੋਗਨ ਵਰਤ ਰਹੇ ਹਾਂ ਵੀ ਜਦੋਂ ਵੀ ਕੋਈ ਗੱਲ ਕਰਨੀ ਆ ਜਾਂ ਇੱਕ ਦੂਜੇ ਨੂੰ ਗਾਂਪਛਾ ਜਾਣਾ ਆਉਣਾ ਚੰਗਾ ਵੀ ਜ਼ਿੰਦਗੀ ਜ਼ਿੰਦਾਬਾਦ ਇਹ ਅਸੀਂ ਆਮ ਜ਼ਿੰਦਗੀ ਚ ਬੋਲਦੇ ਰਹੇ ਆ ਥੀਏਟਰ ਵਾਲੇ ਲੋਕਾਂ ਤੇ ਮੇਰੇ ਖਾਸਾ ਨੇੜੇ ਸੀਗਾ ਨਾਮ ਹੈ ਸੋ ਤੋਂ ਕਰੈਕਟਰ ਨੂੰ ਵੀ ਮੈਨੂੰ ਲੱਗਾ ਵੀ ਯਾਰ ਥੋੜੀ ਜਿਹੀ ਗਹਿਰਾਈ ਜੀ ਹੈ ਕੁਝ ਵੇਦੀ ਚ ਅਲੱਗ ਕਿਸਮ ਦੀ ਫਿਰ ਆਪਾਂ ਕਰ ਲਿਆ ਬਹੁਤ ਵਧੀਆ ਗੱਲ ਹੈ ਜੀ ਮੈਂ ਕਹਿੰਨਾ ਕੀਤਾ ਕਿਉਂਕਿ ਜਿਹੜੇ ਚੰਗੇ ਕਲਾਕਾਰ ਹੈਗੇ ਚਾਹੇ ਸਕਰੀਨ ਟਾਈਮ ਨਾਲ ਲੱਗਦਾ ਭਾਵੇਂ ਘੱਟ ਹੋਵੇ ਪਰ ਜਿੰਨੀ ਜਿੰਨੇ ਕਿ ਸਕਰੀਨ ਟਾਈਮ ਹੁੰਦਾ ਉਹਨੇ ਦੇ ਵਿੱਚ ਮਨ ਲੱਗਦਾ ਉਹ ਛਾਪ ਛੱਡ ਜਾਂਦੇ ਉਹਦੇ ਵਿੱਚ ਇਹ ਹੀ ਆ ਯਾਰ ਵੀ ਮਤਲਬ ਪਮਾ ਤੁਹਾਡਾ 1 ਮਿੰਟ ਦਾ ਹੈ ਪਰ ਜਮੇ ਵਿੱਚ ਨਾ ਤਹਾਂ ਜੀਆਂ ਹੋਣ ਉਹਦੇ ਵਿੱਚ ਨਾ ਕਿ ਬੰਦੇ ਦੇ ਅੰਦਰ ਕੀ ਕੁਝ ਚੱਲਦਾ ਹੈ ਉਸ ਸਕ੍ਰਿਪਟ ਦੇ ਵਿੱਚ ਹੋਵੇ ਜਾਂ ਉਹ ਰੈਕਟਰ ਡਾਇਰੈਕਟਰ ਉਹ ਕਢਾ ਲੇ ਕਿਉਂਕਿ ਡਾਇਰੈਕਟਰ ਦਾ ਮਾਧਮ ਹੈ ਉਹ ਤੇ ਪ੍ਰੀਮ ਨੂੰ ਮੈਨੂੰ ਖੁੱਲ੍ਹ ਦੇ ਦਿੱਤੀ ਕਰਨ ਦੀ ਸੱਚੀ ਯਾਰ ਪ੍ਰੇਮ ਦਾ ਧੰਨਵਾਦ ਬਹੁਤ ਬਹੁਤ ਸਿੱਧਾ ਮੂੰਹ ਇਧਰ ਨੂੰ ਕਰਕੇ ਬੋਲ ਦਿੰਨਾ ਪ੍ਰੇਮ ਥੈਂਕ ਯੂ ਯਾਰ ਹਮ ਪ੍ਰੇਮ ਨੇ ਕਢਾਲਿਆ ਉਹ ਕੈਰੈਕਟਰ ਬਿੱਟਰ ਹਮ ਮੈਂ ਗੱਲ ਕਰਾਂ ਉਹ ਐਕਚੁਅਲੀ ਉਹ ਭਾਜੀ ਦਾ ਇਹ ਹੈ ਕਿ ਉਹ ਥੋੜਾ ਥੀਏਟਰ ਵੱਲ ਜ਼ਿਆਦਾ ਚੁਕਾ ਹੋਆ ਪੰਜਾਬ ਦੇ ਜੇ ਯੂ نو ਥੀਏਟਰ ਦੀ ਜੇ ਨਰੋਲ ਗੱਲ ਕੀਤੀ ਜਾਵੇ ਤਾਂ ਸੈਮੂਲ ਭਾਈ ਤੋਂ ਵੱਧ ਪੰਜਾਬ ਦੇ ਲੋਕਾਂ ਨੂੰ ਭਾਵੇਂ ਕੋਈ ਵੀ ਮਨੋਖ ਹੈ ਉਹ ਉਹ ਉਸ ਤਰੀਕੇ ਨਾਲ ਬਹੁਤ ਜਾਣਦੇ ਆ ਮੇਰਾ ਸੈਮੂਲ ਭਾਜੀ ਨਾਲ ਮੇਲ ਉਦੋਂ ਹੀ ਹੋਇਆ ਜਦੋਂ ਸੈਮੂਲ ਭਾਜੀ ਚੰਡੀਗੜ੍ਹ ਆ ਚੁੱਕੇ ਸਨ ਇਹ ਮੇਰੇ ਲਈ ਕਿਸਮਤ ਵਾਲੀ ਗੱਲ ਹੈ ਕਿਉਂਕਿ ਪਹਿਲਾਂ ਭਾਜੀ ਪਿੰਡਾਂ ਵਿੱਚ ਥੀਏਟਰ ਨਾਟਕ ਕੀਤੇ ਜਾਂ ਉਹ ਇੱਕ ਇੱਕ ਵੱਖਰਾ ਵਿਸ਼ਾ ਉੱਤੇ ਕਦੀ ਹੋਰ ਇੰਟਰੋ ਆਪਾਂ ਕਰ ਸਕਦੇ ਜੀ ਸੈਮੂਲ ਭਾਜੀ ਦੇ ਕਰ ਪਰ ਉਹ ਜਦੋਂ ਆ ਇਦੋਂ ਇੱਥੇ ਆਏ ਜਦੋਂ ਅਸੀਂ ਕੀਤਾ ਤੇ ਮੈਨੂੰ ਯਾਦ ਆ ਵੀ ਅਸੀਂ ਬੈਠੇ ਸੀ ਤੇ ਉਹ ਕਹਿੰਦੇ ਯਾਰ ਇਹ ਰੋਲ ਸੈਮੂਲ ਭਾਜੀ ਕਰਨ ਤਾਂ ਬਹੁਤ ਵਧੀਆ ਉਹ ਸਾਰੇ ਬੈਠੇ ਰਹੇ ਉਹ ਕਹਿੰਦੇ ਯਾਰ ਸੈਮੂਲ ਭਾਜੀ ਪਤਾ ਨਹੀਂ ਕਹਿੰਦੇ ਬੰਦਾ ਕਰੂਗਾ ਕਿ ਨਹੀਂ ਕਰੂਗਾ ਮੈਂ ਉਦੋਂ ਇੱਕ ਦੋ ਵਾਰ ਮਿਲਿਆ ਸੀ ਇਹਨਾਂ ਨੂੰ ਹੈਲੋ ਹਾਏ ਕੋਈ ਮੈਂ ਕਿਹਾ ਯਾਰ ਇਹ ਕੋਈ ਗੱਲ ਸਮਝ ਨਹੀਂ ਆਈ ਕਿ ਕਿਉਂ ਕਹਿੰਦੇ ਯਾਰ ਉਹ ਐਵੇਂ ਜਿਹਾ ਬੰਦ ਵੀ ਮੈਨੂੰ ਕਰੈਕਟਰ ਦਿਓ ਮੈਨੂੰ ਦਿਓ ਬੰਦੇ ਸਪਾਰਸ਼ਾਂ ਵੀ ਲਉਂਦੇ ਆ ਵੀ ਉਹ ਤੇ ਮੇਰੇ ਬਾਰੇ ਇਹ ਸੋਚ ਰਹੇ ਬੈਠੇ ਹੋ ਯਾਰ ਪਤਾ ਨਹੀਂ ਉਹ ਕਰੂਗਾ ਕਿ ਨਹੀਂ ਯਾਰ ਦੇਖ ਲਓ ਇਹ ਟੈਪ ਚੱਲ ਗਿਆ ਫੇਰ ਉਹ ਪ੍ਰੇਮ ਨੇ ਮੇਰੇ ਵੱਲ ਦੇ ਕੇ ਕਿਹਾ ਕਿ ਨਾ ਪ੍ਰੇਮ ਦੀ ਮੇਰੀ ਇੱਕ ਸਾਡੀ ਵੇਵ ਲੰਥ ਹੈਗੀ ਆ ਕਈ ਵਾਰ ਗੱਲਾਂ ਹੁੰਦੀਆਂ ਜਿਹੜੇ ਬੋਲ ਕੇ ਅਸੀਂ ਸਮਝ ਜਾਂਦੇ ਹਾਂ ਮੈਂ ਕਿਹਾ ਯਾਰ ਮੈਂ ਮਿਲਿਆ ਨਹੀਂ ਭਾਜੀ ਨੂੰ ਪਰ ਇਹ ਮੇਰੇ ਬ੍ਰਦਰ ਨੇ ਮਨਦੀਪ ਨੇ ਭਾਜੀ ਨੂੰ ਪਹਿਲੀ ਵਾਰ ਫੋਨ ਕੀਤਾ ਤੇ ਭਾਜੀ ਕਹਿੰਦੇ ਵੀ ਆਹ ਰੋਲ ਹੈ ਤੇ ਤੁਸੀਂ ਕਰੋ ਹਣਾ ਤੇ ਫੇਰ ਭਾਜੀ ਮਿਲੇ ਗੱਲ ਕੀਤੀ ਫਿਰ ਆਫ ਕੋਰਸ ਸੈਟ ਅਪ ਪਰ ਮੈਂ ਜੇ ਅੱਜ ਮੈਂ ਮੈਂ ਫਿਲਮ ਦੇਖੀ ਹੈ ਨਾ ਤੇ ਉਹ ਉਹ ਜਿਹੜੇ ਇਨਸਪੈਕਟਰ ਹੁੰਦੇ ਆ ਜਾਂ ਪੰਜਾਬੀ ਫਿਲਮ ਕਰੈਕਟਰ ਦੇ ਜਿਹੜੇ ਪੋਟ੍ਰੇਲ ਹੁੰਦੇ ਨੇ ਉਹ ਬੜੇ ਕਲੀਸ਼ੇ ਜਿਹੇ ਹੁੰਦੇ ਆ ਆਪਣੇ ਪੰਜਾਬੀ ਚ ਵੀਕ ਲਗਤਰਾਂ ਦੀ ਬੋਡੀ ਲੈਂਗੁਏਜ ਹੁੰਦੀ ਆ ਇੱਕ ਤਜਰਬਾ ਅਲੱਗ ਹੁੰਦਾ ਤਜਰਬਾ ਚਲੋ ਮੈਂ ਕੀ ਬੋਲਗਾ ਇੱਕ ਕਿਹੜੀ ਹੁੰਦੀ ਆ ਲਹਿਜ਼ਾ ਲੱਗ ਹੁੰਦਾ ਤੇ ਇੱਕ ਨਾ ਬੇਸਿਕ ਪ੍ਰੋਪਰ ਮੈਨਰਿਜ਼ਮ ਨਾਲ ਹੀ ਬੋਲੇ ਜਾਂਦੇ ਆ ਯਾਰ ਹਰ ਕੋ ਬੰਦਾ ਰੋਬਦਾਰ ਨਹੀਂ ਬੋਲਦਾ ਦੋ ਤਿੰਨ ਤਰ੍ਹਾਂ ਦੀ ਲੇਅਰਿੰਗ ਹੁੰਦੀ ਹੈ ਕਈ ਆਪਾਂ ਇੱਕ ਵਾਰ ਬਣਾ ਇਸ ਤਰ੍ਹਾਂ ਰਿਹਾ ਜਿਹੜਾ ਇਨਸਪੈਕਟਰ ਹੋਊਗਾ ਜਾਂ ਐਸਐਚਓ ਕੋ ਰੋਬ ਨਾਲ ਹੀ ਬੋਲੂਗਾ ਕਈ ਵਾਰ ਅਲੱਗ ਤਰ੍ਹਾਂ ਦੇ ਲੋਕ ਹੁੰਦੇ ਨੇ ਜ਼ਾਤੀ ਜ਼ਿੰਦਗੀ 'ਚ ਹਰ ਬੰਦਾ ਜੇ ਤੁਸੀਂ ਪੰਜਾਬ ਪੰਜਾਬ 'ਚ ਜਾਓ ਤੇ ਜਿਹੜੇ ਇਨਸਪੈਕਟਰ ਨੇ ਪੁਲਿਸ ਵਾਲੇ ਨਾਰਮਲ ਤਰੀਕੇ ਰੋਬ ਨਾਲ ਥੋੜਾ ਬੋਲਦੇ ਸਾਰਾ ਦਿਨ ਰੋਬ ਥੋੜਾ ਚੱਕੀ ਬੈਠੇ ਆ ਜਦੋਂ ਲੋਡ ਪਾਉਗੀ ਉਦੋਂ ਯੂਜ਼ ਕਰਦੇਗੇ ਪਰ ਉਹ ਜਿਹੜੀ ਰਫਾਈਨਮੈਂਟ ਹੈ ਨਾ ਜਿਹੜੀ ਉਹ ਚੀਜ਼ ਕਿ ਕਿਉਂਕਿ ਉਸ ਭਾਜੀ ਨੇ ਉਸ ਚੀਜ਼ ਚ ਇੱਕ ਅਲੱਗ ਤਰ੍ਹਾਂ ਦੀ ਜਿਹੜੇ ਕਹਿੰਦੇ ਨਾ ਹਿਊਮਨ ਟੱਚ ਲੈ ਕੇ ਆਂਦਾ ਵੀ ਇੱਕ ਬਹੁਤ ਖਤਰਨਾਕ ਗੱਲ ਜਾਂ ਇੱਕ ਬਹੁਤ ਸੈਂਸਿਟਿਵ ਗੱਲ ਜਾਂ ਕਿਸੇ ਨੂੰ ਇੱਕ ਗੱਲ ਨੂੰ ਕਹਿਣਾ ਤੇ ਬੜੇ ਹਲਕੇ ਤਰੀਕੇ ਨਾਲ ਉਹਨੂੰ ਪੋਟ੍ਰੇ ਕਰਨਾ ਉਹ ਵੀ ਅਲੱਗ ਅੰਦਾਜ਼ੇ ਵੇ ਆਈ ਹੁੰਦਾ ਕਈ ਵਾਰ ਕਈ ਵਾਰ ਕਈ ਵਾਰ ਕਹਿੰਦੇ ਵੀ ਜਿਹੜਾ ਬੰਦਾ ਜ਼ਿਆਦਾ ਚੀਕਦਾ ਨਾ ਉਹਦੇ ਗੱਲ ਦਾ ਸਨ ਨਹੀਂਦਾ ਹੌਲੀ ਗੱਲ ਕਰਕੇ ਜ਼ਿਆਦਾ ਅਸਰ ਪੈਂਦਾ ਤੇ ਇਹ ਮੈਨੂੰ ਮੈਂ ਦੇਖੀ ਜੇ ਤੋ ਫਿਲਮ ਤੇ ਮੈਨੂੰ ਇਹ ਲੱਗਾ ਵੀ ਉਹ ਸੀਨ ਇੱਕ ਵੱਖਰਾ ਵੀ ਵੱਖਰਾ ਕੈਰੈਕਟਰ ਕਿਵੇਂ ਪਟ੍ਰੇ ਹੋ ਸਕਦਾ ਵੀ ਇੱਕ ਜਿਹੜੇ ਕਲੀਸ਼ੇ ਚੀਜ਼ਾਂ ਹੁੰਦੀਆਂ ਜਿਵੇਂ ਪੁਲਿਸ ਇੰਸਪੈਕਟਰ ਦਾ ਹੁੰਦਾ ਉਹ ਇੱਕ ਕਲੀਸ਼ੇ ਤਰ੍ਹਾਂ ਹੀ ਚੱਲਦਾ ਉਹਵੇਂ ਬੋਲਦਾ ਜੇ ਇੱਕ ਸ਼ਰਾਬੀ ਦਾ ਵਰਡ ਹੁੰਦਾ ਉਹ ਵੀ ਇੱਕ ਕਲੀਸ਼ਾ ਹੀ ਆਪਾਂ ਯੂਜ਼ ਕਰਦੇ ਆ ਪਰ ਸ਼ਰਾਬੀ ਜਿਹੜਾ ਬੰਦਾ ਹੁੰਦਾ ਉਹ ਐਕਚੁਅਲ ਲਾਈਫ 'ਚ ਉਹ ਹਮੇਸ਼ਾ ਇਹ ਦੱਸਣ ਦੀ ਕੋਸ਼ਿਸ਼ ਕਰਦਾ ਹੈ ਕਿ ਮੈਂ ਸ਼ਰਾਬ ਨਹੀਂ ਪੀਤੀ ਹੋਈ ਪਰ ਆਪਣੇ ਸਿਨੇਮੇ 'ਚ ਕੀ ਯੂਜ਼ ਹੁੰਦਾ ਵੀ ਉਹ ਇਹ ਦੱਸਣਾ ਚਾਹੁੰਦੇ ਨੇ ਵੀ ਮੈਂ ਸ਼ਰਾਬ ਪੀਤੀ ਹੋਈ ਇਹ 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 ਚੱਕਰ ਹੈ ਕਿਉਂਕਿ ਜੇ ਤੁਸੀਂ ਦੇਖੋਗੇ ਨਾ ਜੇ ਤੁਸੀਂ ਰਾਹ 'ਚ ਦੇਖਦੇ ਹੋ ਕਈ ਵਾਰ ਸ਼ਰਾਬੀ ਬੰਦਾ ਤੁਰਿਆ ਜਾਂਦਾ ਹੁੰਦਾ ਪਰ ਉਹ ਇੰਨਾ ਬੋਝ ਬੋਚ ਕੇ ਚੱਲ ਰਿਹਾ ਹੁੰਦਾ ਵੀ ਉਹਨੂੰ ਲੱਗੇ ਕਿ ਨਾ ਲੱਗੇ ਪਤਾ ਅਸਫਰ ਪਰ ਐਕਚੁਅਲ ਜੋ ਪੀਤੀ ਹੁੰਦੀ ਆ ਉਹ ਉਹ ਜਿਹੜੀ ਉਹ ਰਸਾਇਨਮੈਂਟ ਲੈ ਕੇ ਆਉਣੀ ਹੁੰਦੀ ਨਾ ਉਹ ਗੱਲ ਚਲੋ ਮੈਂ ਸ਼ਰਾਬੀ ਤੇ ਲਾਇਆ ਪਰ ਗੱਲ ਤਾਂ ਉਹ ਸੀਗੀ ਵੀ ਉਹ ਭਾਜੀ ਨੂੰ ਪਤਾ ਹੀ ਨਹੀਂ ਵੀ ਉਹ ਸੀਨ ਕਿੰਨੇ ਮਤਲਬ ਘੈਂਟ ਬਣੇ ਨੇ ਉਹ ਮੈਂ ਐਸ ਅਨਦਰ ਪਰਸਨ ਮੈਂ ਉਹ ਚੀਜ਼ ਨੂੰ ਐਕਸਪੀਰੀਅੰਸ ਕਰ ਸਕਦਾ ਕਿਉਂਕਿ ਮਾੜਾ ਮੋੜਾ ਸੈਂਸ ਮੈਂ ਵੀ ਰੱਖਦਾ ਥੀਏਟਰ ਦੀ ਜਾਂ ਕੈਰੇਕਟਰ ਦੀ ਉਹ ਬਹੁਤ ਵਧੀਆ ਬਹੁਤ ਸੋਹਣਾ ਭਾਜੀ ਨੇ ਕੰਮ ਕੀਤਾ ਭਾਜੀ ਸ਼ਰਾਬੀ ਵਾਲੀ ਗੱਲ ਕਰਦੇ ਤਾਂ ਕੈਮਰਾਮੈਨਰ ਦੇਖ ਕੇ ਤਾਂ ਨਹੀਂ ਕੀਤੀ ਨਹੀਂ ਭਾਈ ਮੈਨੂੰ ਨਹੀਂ ਪਤਾ ਭਾਈ ਕਿਉਂਕਿ ਉਹਨੂੰ ਪਤਾ ਲੱਗ ਗਿਆ ਵੀ ਸ਼ਾਇਦ ਮੇਰੇ ਨਾਲ ਲੱਗਦੀ ਹੈ ਨਹੀਂ ਯਾਰ ਮੈਂ ਤਾਂ ਵੈਸੇ ਗੱਲ ਕੀਤੀ ਸੀ ਉਹ ਹੱਸ ਪੇ ਦੱਸ ਉਹ ਮੈਂ ਵੀ ਪਿਆ ਸੋ ਕਈ ਵਾਰ ਗੱਲ ਹੁੰਦੀ ਹੈ ਵੀ ਕਹਿੰਦੇ 부ਜੀ 부ਜੀ ਰਹਿਣ ਦੇ ਕੋਈ ਗੱਲ ਨਹੀਂ ਛੱਡੋ ਬਰਾੜਾ ਉਹ ਕਈ ਵਾਰ ਬਹੁਤ ਅੰਦਰ ਲੀਆਂ ਤਕੇ ਤਕੇ ਜਨੇਤਕਿਆ ਰਹਿਣ ਉਹ ਨਹੀਂ ਚੰਗਾ ਗੱਲ ਜ਼ਿੰਦਗੀ ਜਿੰਦਾਬਾਦ ਤੇ ਆਉਣੇ ਹੈਗੇ ਆ ਭਾਈ ਜੀ ਕਾਫੀ ਸਾਰੇ ਥੀਏਟਰ ਨਾਲ ਜੁੜੇ ਹੋਏ ਤੁਸੀਂ ਨਾਟਕ ਵੀ ਕੀਤੇ ਹੈਗੇ ਆ ਪਰ ਜ਼ਿੰਦਗੀ ਜਿੰਦਾਬਾਦ ਰੱਖਣ ਦੇ ਕੋਈ ਪੰਜ ਇਹੋ ਜਿਹੇ ਪੁਆਇੰਟ ਦੱਸੋ ਵੀ ਜਿਹੜੇ ਅੱਜ ਦੀ ਜਿਹੜੀ ਆਡੀਅੰਸ ਹੈਗੀ ਐ ਜਾਂ ਅੱਜ ਦੀ ਜਿਹੜੀ ਪੀੜ੍ਹੀ ਹੈਗੀ ਐ ਘਟੋ-ਘਟ ਉਹ ਸਮਝ ਸਕੇ ਨਹੀਂ ਜੀ ਮੈਂ ਨਾ ਪੁਆਇੰਟ ਤਾਂ ਇੱਕਦਾਂ ਹੀ ਬਹੁਤ ਹੁੰਦਾ ਹ ਹ ਬਾਲੀ ਮੈਥ ਦੇ ਚੱਕਰਾਂ 'ਚ ਨਹੀਂ ਪੈਣਾ ਚਾਹੀਦਾ ਹਾਂ ਪੁਆਇੰਟ ਇੱਕਦਾਂ ਹੀ ਬਹੁਤ ਹੈ ਇੱਕ ਕੋਈ ਪੁਆਇੰਟ ਹੈ ਕਿ ਹਰ ਵਿਅਕਤੀ ਜੇਕਰ ਇਹ ਸਮਝ ਲਵੇ ਕਿ ਇਸ ਧਰਤੀ ਦੇ ਉੱਪਰ ਅਗਰ ਕੋਈ ਮਹੱਤਵਪੂਰਨ ਹੈ ਇਹ ਸਿਰਫ ਤੇ ਸਿਰਫੋ ਤੋੜੀ ਜ਼ਿੰਦਗੀ ਆ ਇਹਨੂੰ ਬਚਾਉਣਾ ਕਿਵੇਂ ਆ ਇਹਨੂੰ ਜਿਉਂਦੇ ਕਿਵੇਂ ਰੱਖਣਾ ਇਹ ਹਰ ਬੰਦੇ ਨੇ ਆਪਣੇ ਤਰੀਕੇ ਨਾਲ ਸੋਚਣਾ ਸੋ ਮੇਰਾ ਮੈਂ ਜਿੱਥੇ ਜਦੋਂ ਵੀ ਕਦੇ ਗੱਲ ਚੱਲਦੇ ਹੁੰਦੇ ਮੈਂ ਕਈ ਵਾਰੀ ਇੱਕ ਸਾਡੇ ਕੋਈ ਕਲਾਕਾਰ ਸੀ ਲੜਕੀ ਉਹ ਬਿਮਾਰ ਰਹਿੰਦੀ ਹੁੰਦੀ ਸੀ ਕੋਈ ਕਰੇ ਕੋਈ ਦਿੱਕਤਾਂ ਸੀਗੀਆਂ ਉਹਨੂੰ ਦੋਰੇ ਪੈਂਦੇ ਸੀ ਤੇ ਉਹਨੂੰ ਮੈਂ ਇੱਕ ਦਿਨ ਪੁੱਛ ਲਿਆ ਮੈਂ ਖੈ ਵੀ ਉਹ ਬਹੁਤ ਹਾਈ ਫਾਈ ਔਰ ਪੜੀ ਲਿਖੀ ਬਹੁਤ ਕਮਾਲ ਪਰ ਉਹ ਥੋੜੀ ਮਨੋਵਿਗਿਆਨਕ ਤੌਰ ਤੇ ਦਿੱਕਤ ਸੀ ਮੈਂ ਖੈ ਵੀ ਤੂੰ ਆਏ ਦੱਸ ਬੱਚੇ ਕਿ ਧਰਤੀ ਦੇ ਉੱਪਰ ਮਹੱਤਵਪੂਰਨ ਕਿਹੜੀ ਚੀਜ਼ ਹੈ ਉਹ ਹੀ ਗੱਲ ਇੱਕ ਜਿਵੇਂ ਤੁਸੀਂ ਕਹਿੰਦਾ ਪੰਜ ਲਾਈਨਾਂ ਪੰਜ ਗੱਲਾਂ ਉਹ ਇੱਧਰ ਉੱਧਰ ਵੀ ਹਾਂ ਆਹਾ ਹੁੰਦੀ ਆ ਪੈਸਾ ਇਹ ਉਹ ਸ਼ਰਤਾਂ ਲੱਗਦੀਆਂ ਮੈਂ ਹੌਲੀ ਕਰਦੇ ਨੇ ਉਹਦੇ ਕੋਲੇ ਆਇਆ ਔਰ ਕੰਨ 'ਚ ਬੋਲਿਆ ਮੈਂ ਆਖਿਆ ਸਭ ਤੋਂ ਮਹੱਤਵਪੂਰਨ ਧਰਤੀ ਤੇ ਤੂੰ ਆ। ਉਹ ਦੋਂ ਬਾਅਦ ਉਹ ਲੜਕੀ ਬਿਮਾਰ ਨਹੀਂ ਹੋਈ। ਕਿਉਂਕਿ ਸਾਨੂੰ ਇਹ ਨਹੀਂ ਸਾਨੂੰ ਅਹਿਸਾਸ ਕਈ ਵਾਰੀ ਅਸੀਂ ਬਹੁਤ ਜ਼ਿਆਦਾ ਅਵੈਸਲੀ ਹੋ ਜਾਂਦੇ ਆ ਜਾਂ ਮਤਲਬ ਥੋੜਾ ਜਿਹਾ ਐਸਾ ਹੋ ਜਾਂਦਾ ਸਿਸਟਮ ਐਸਾ। ਤੋ ਉਹ ਜੇਕਰ ਸਾਨੂੰ ਕੋਈ ਹਲਕਾ ਜਿਹਾ ਵੀ ਅਹਿਸਾਸ ਕਰਾ ਦੇਣਾ ਵੀ ਇਹ ਜ਼ਿੰਦਗੀ ਹੀ ਮਹੱਤਵਪੂਰਨਾ ਤੁਹਾਡੀ ਤੇ ertid te ਮਹੱਤਵਪੂਰਨ ਮਹੱਤਵਪੂਰਨ ਸਿਰਫ ਔਰ ਸਿਰਫ ਮਨੁੱਖੀ ਜ਼ਿੰਦਗੀਆਂ ਨੇ ਬਸ ਬਹੁਤ ਸੋਹਣੀ ਗੱਲ ਕੀਤੀ ਹੈਗੀ ਹੈ ਕਈ ਵਾਰੀ ਮੈਨੂੰ ਲੱਗਦਾ ਕਿ ਜ਼ਿੰਦਗੀ ਦੇ ਵਿੱਚ ਇਹ ਵੀ ਹੈਗਾ ਇਹ ਅਵੇਸਲੇ ਵੀ ਕਈ ਵਾਰੀ ਹੋ ਜਾਂਦੇ ਨੇ ਕਈ ਵਾਰੀ ਭੱਜ ਹੀ ਜਾਂਦੇ ਨੇ ਹੈਗੇ ਕਿ ਵਿੱਚ ਖੜਨ ਨੂੰ ਥਾਂ ਨਹੀਂ ਮਿਲਦੀ ਰੋਟੀ ਖਾਣ ਨੂੰ ਪਤਾ ਨਹੀਂ ਹੈਗਾ ਵੀ ਰੋਟੀ ਖਾਣੀ ਹੈ ਕਿਹੜੇ ਵੇਲੇ ਖਾਣੀ ਹੈ ਖਾਣੀ ਹੈ ਕਿ ਨਹੀਂ ਖਾਣੀ ਉਹ ਉਹ ਵੀ ਚੀਜ਼ ਬੰਦੇ ਨੂੰ ਲੱਗਦਾ ਸ਼ੋਰ ਤੋਂ ਉਧਰ ਨੂੰ ਭੱਜੀ ਜਾਂਦਾ ਫਿਰ ਮਾਨਸਿਕ ਤੌਰ ਤੇ ਉਹ ਉਹ ਦਿੱਕਤਾਂ ਆਉਂਦੀਆਂ ਉਹ ਬਿਮਾਰ ਜਾਂ ਫਿਰ ਬੰਦਾ ਕਈ ਵਾਰੀ ਇਕੱਲਾ ਪੈਸੇ ਵੱਲ ਹੀ ਭੱਜੀ ਜਾਂਦਾ ਉਹ ਜਿਹੜਾ ਭੱਜ ਭਜਈ ਹੈ ਉਹਦੇ ਵਿੱਚ ਉਹੀ ਮੇਨ ਗੱਲ ਹੈ ਕਿ ਤੁਸੀਂ ਇਹ ਭੁੱਲ ਜਾਂਦੇ ਹੋ ਕਿ ਮਹੱਤਵਪੂਰਨ ਕੀ ਹੈ ਇਹ ਹੈ ਚੱਕਰ ਬਹੁਤ ਸੋਹਣੀਆਂ ਸੋਹਣੀਆਂ ਗੱਲਾਂ ਐ ਇਸ ਫਿਲਮ ਤੋਂ ਤੁਹਾਨੂੰ ਸਿੱਖਣ ਤੋਂ ਸਿੱਖਣ ਤੋਂ ਮਿਲਣੀਆਂ ਹੈਗੀਆਂ ਇਹ ਸਾਡੇ ਇੰਟਰਵਿਊ ਤੋਂ ਤੁਹਾਨੂੰ ਪਤਾ ਲੱਗ ਜਾਣਾ ਹੈ ਕਿ ਉਸ ਤੋਂ ਇਲਾਵਾ ਜਿਹੜੇ ਮੈਸੇਜ ਹੋਣੇ ਆ ਉਹ ਤੁਸੀਂ ਮਤਲਬ ਕੋਰਕ ਪੂਰੇ ਯਾਰ ਬੰਦਾ ਨਸ਼ੇ ਵਾਲ ਮੰਨ ਲਓ ਜਾ ਰਿਹਾ ਹੈ ਨਸ਼ੀੜੀ ਬੰਦਾ ਸੁਖ ਵੀਰੇ ਜੀ ਇੱਕ ਵਾਰੀ ਵੀ ਇਹ ਕਿਤੇ ਜ਼ਹਿਨ ਚੋ ਦੇ ਆ ਜੇ ਨਾ ਕਿ ਯਾਰ ਮੇਰੀ ਜ਼ਿੰਦਗੀ ਮਹੱਤਵਪੂਰਨ ਹੈ ਡਾਕਟਰ ਦੀ ਲੋੜ ਨਹੀਂ ਪੈਣੀ ਨਸ਼ਾ ਛਡਾਉਣ ਲਈ ਇੰਨੀ ਪਾਵਰ ਹੁੰਦੀ ਹੈ ਤੁਹਾਡੇ ਅੰਦਰ ਬਸ ਉਹ ਪਾਵਰ ਤੋਂ ਵਾਂਝੇ ਹੋ ਜਾਈਦੇ ਕੇਵਲੀ ਬਿਲ ਪਾਵਰ ਦੇ گاਉਂ ਦੀ ਜਿਹੜੀ ਗੱਲ ਹੁੰਦੀ ਆ ਉਹ ਜਾਗ ਪਏ ਤੇ ਫਿਰ ਸਭ ਕੁਝ ਓਕੇ ਆ ਸ਼ਰਮ ਦਾ ਇਹ ਆ ਵੀ ਥੋੜੀਆਂ 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 ਚੀਜ਼ਾਂ ਆ ਇੱਕ ਦੂਜੇ ਨੂੰ ਟੱਚ ਕਰਨ ਬੰਦੇ ਮਹਿਸੂਸ ਕਰਨ ਤੇ ਇੱਕ ਜਿਵੇਂ ਮਿੰਟੂ ਵਰਗੇ ਨਿਕਲੇ ਆ ਇਸ ਵੇਲੇ ਪੱਤਰਕਾਰ ਵਧੀਆ ਗੱਲ ਹਨਾ ਕਿ ਨਹੀਂ ਵਧੀਆ ਗੱਲ ਆ ਮੈਂ ਬੰਦੇ ਬੱਚੇ ਨਹੀਂ ਆ ਸਾਡੇ ਧੀਆ ਨੇ ਸਾਡੇ ਬੱਚੇ ਨੇ ਸਾਰੇ ਭੈਣ ਭਾਈਆ ਸਾਰੇ ਆਪਾਂ ਬਈ ਸੁਖ ਬਾਈ ਤੋਂ ਪੁੱਛਣਾ ਜੀ ਭਾਈ ਜੀ ਅਸਲ ਜ਼ਿੰਦਗੀ ਦੇ ਵਿੱਚ ਜਦੋਂ ਜਦੋਂ ਕਾਲਜ ਟਾਈਮ ਦੇ ਵਿੱਚ ਤੁਸੀਂ ਰਹੇ ਹੈਗੇ ਹੋ ਜਾਂ ਅਸਲ ਜ਼ਿੰਦਗੀ ਵਿੱਚ ਤੁਹਾਨੂੰ ਕੋਈ ਐਹੋ ਜਿਹਾ ਕੈਰੈਕਟਰ ਦੇਖਣ ਨੂੰ ਮਿਲਿਆ ਜਾਂ ਤੁਹਾਡੇ ਨਾਲ ਲਿੰਕ ਕੀਤਾ ਜਿਹੋ ਜਿਹੀ ਫਿਲਮ ਦੇ ਵਿੱਚ ਮਿਲਦੇ ਮਿਲਦੇ ਇੰਜ ਨਹੀਂ ਹੁੰਦਾ ਕਿ ਨਹੀਂ ਮਿਲਦੇ ਉਹ ਮੈਂ ਕਹਾਂ ਮੈਂ ਮਲੋਟ ਰਿਆਂ ਮੈਂ ਮਲੋਟ ਮਿੰਟੂ ਨਾਲ ਮੈਂ ਕਈ ਵਾਰ ਮੈਂ ਦੇਖਿਆ ਮਿੰਟੂ ਨੂੰ ਤੁਸੀਂ ਜੇ ਅੱਜ ਮਿੰਟੂ ਨੂੰ ਤੁਸੀਂ ਦੇਖੋ ਜਿਹੜਾ ਸਵਿਸਟਿਫਿਕੇਟਡ ਐਨਕਾ ਲਾ ਕੇ ਜਿਹੜੀਆਂ ਸਿਆਣੀਆਂ ਜਿਹੜੀਆਂ ਗੱਲਾਂ ਕਰੀ ਜਾਂਦਾ ਤੇ ਜੇ ਤੁਸੀਂ ਕਹੋਗੇ ਵੀ ਉਹ ਬੰਦਾ ਮੈਂ ਕੀ ਕਿਸ ਹਾਲਾਤਾਂ 'ਚ ਵੇਖਿਆ ਤੁਸੀਂ ਕਹੋਗੇ ਨਹੀਂ ਆ ਤਾਂ ਝੂਠ ਬੋਲਣਾ ਕਿ ਉਹ ਮਤਲਬ ਵੀ ਜਾਂ ਤਾਂ ਮੈਂ ਵੇਖਿਆ ਵੀ ਇਹ ਹੋਰ ਕੱਪੜੇ ਚ ਪਾ ਕੇ ਪਾਟੇ ਜੇ ਲੋਰ ਪਾ ਕੇ ਬਲੋਟ ਫਿਰਦਾ ਹੁੰਦਾ ਸੀ ਜਾਂ ਉਹਨੇ ਦੋ ਤਿੰਨ ਵਾਰੀ ਮੇਰੇ ਸਾਹਮਣੇ ਮੇਰੇ ਸਾਡੇ ਗਵਾਂਢੀਆਂ ਨਾਲ ਲੜ ਪਿਆ ਸੀ ਉਹ ਮਤਲਬ ਇੰਜ ਲੜਕ ਪੈਣਾ ਵੀ ਉਹਨਾਂ ਲਈ ਤਾਂ ਵੀ ਇਹ ਆ ਵੀ ਯਾਰ ਤੁਸੀਂ ਕੀ ਕਰੋਗੇ ਵੀ ਯਾਰ ਇੰਜ ਆ ਵੀ ਤੈਨੂੰ ਸ਼ਾਮ ਦਾ ਨਸ਼ਾ ਦੇ ਦਾਂਗੇ ਕਹਿੰਦਾ ਚੱਲ ਉਨਾਂ ਲਈ ਤਾਂ ਕੋਈ ਚੱਕਰੇ ਨਾ ਨਾ ਨੂੰ ਸੀ ਲੜਾਈ ਤੋਂ ਡਰ ਲੱਗਦਾ ਸੀ ਨਾ ਉਹਨਾਂ ਨੂੰ ਮਾਪਿਆਂ ਤੋਂ ਡਰ ਲੱਗਦਾ ਸੀ ਨਾ ਉਹਨੂੰ ਥਾਣੇ ਤੋਂ ਡਰ ਲੱਗਦਾ ਸੀ ਨਾ ਉਹਨੂੰ ਜੇਲ੍ਹਾਂ ਤੋਂ ਡਰ ਲੱਗਦਾ ਡਰ ਚੱਕੇ ਜਾਂਦੇ ਆ ਜਦੋਂ ਦਿਮਾਗ ਹੀ ਸੋਨ ਨੂੰਗੇ ਚੱਕੇ ਜਾਣਾ ਨਾ ਤੁਹਾਡੀ ਦੌੜ ਕੀ ਰਹਿ ਗਈ ਨਸ਼ਾ ਜਦੋਂ ਛੋਟੀ ਦੌੜ ਰਹਿ ਗਈ ਨਾ ਤੈਨੂੰ ਆਪਣਾ ਮਾਪਿਓ ਦੇਖਣਾ ਨਾ ਤੈਨੂੰ ਭੈਣ ਭਰਾ ਦੇਖਣੇ ਆ ਫਿਰ ਉਹ ਜਦੋਂ ਮੈਂ ਇੱਕਦਮ ਜੋ ਟਰਾਂਸਫਰਮੇਸ਼ਨ ਵੇਖੀ ਤੇ ਮਿੰਟੂ ਬਾਈ ਨੂੰ ਇੱਕਦਮ ਅਵਾਲਵ ਹੋ ਗਿਆ ਆਪਣੀ ਜ਼ਿੰਦਗੀ 'ਚ ਉਹ ਯਾਰ ਉਹ ਜ਼ਿੰਦਗੀ ਦਾ ਸਭ ਤੋਂ ਵੱਡਾ ਨਸ਼ਾ ਤਾਂ ਜ਼ਿੰਦਗੀ ਖੁਦ ਹੈ ਜੇ ਤੁਹਾਨੂੰ ਜ਼ਿੰਦਗੀ ਤੁਸੀਂ ਜਿਣੀ ਸਿੱਖ ਲਓ ਹਰ ਰੋਜ ਜ਼ਿੰਦਗੀ ਦੇ ਨਵੇਂ ਰਸ ਤੁਸੀਂ ਚੂਸਦੇ ਹੋ ਕਿੱਡਾ ਵੱਡਾ ਆ ਤੁਹਾਡੇ ਕੋਲ ਜ਼ਿੰਦਗੀ 'ਚ ਤੁਹਾਡੇ ਕੋਲ ਦੋਸਤ ਨੇ ਤੁਹਾਡੇ ਕੋਲ ਮਾਪਿਓ ਨੇ ਖੂਬਸੂਰਤ ਐਨਵਾਇਰਨਮੈਂਟ ਨੇ ਚੰਗੇ ਤੁਹਾਡੇ ਦੋਸਤ ਨੇ ਤੁਹਾਡੀ ਮਹਿਬੂਬਾ ਹੈ ਤੁਹਾਡੀ ਵਾਈਫ ਆ ਤੁਹਾਡੇ ਚੰਗੇ ਗੁਰੂ ਨੇ ਇਹ ਜ਼ਿੰਦਗੀ ਗੱਲਾਂ-ਬਾਤਾਂ ਕਰੋ ਖਾਓ ਪੀਓ ਵਰਜਿਸ਼ ਕਰੋ ਨੇਚਰ ਨਾਲ ਮੇਰਾ ਕਹਿੰਦਾ ਮਤਲਬ ਇਹ ਐ ਬਹੁਤ ਖੁਸ਼ ਆ ਪਰ ਤੁਸੀਂ ਜੇ ਖਾ ਕੇ ਪੀ ਕੇ ਸੌਣੋ ਕੇ ਬੈਠੇ ਰਹਿਣਾ ਤੁਸੀਂ ਜ਼ਿੰਦਗੀ ਦਾ ਕੀ ਆਨੰਦ ਮਾਣਿਆ ਸੋ ਮਿੰਟੂ ਦਾ ਜਦੋਂ ਅੱਜ ਦੇਖਦਾ ਹੁਣ ਮੈਂ ਖੁੱਲ ਕੇ ਗੱਲ ਕਰਦਾ ਚਲੋ ਕੋਈ ਇੰਟਰਵਿਊ ਵਾਲੀ ਗੱਲ ਨਹੀਂ ਮੈਂ ਮਿੰਟੂ ਨੂੰ ਉਹਦਾ ਵੇਖਿਆ ਜਦੋਂ ਮਿੰਟੂ ਨੂੰ ਮਿਲਣ ਜਾਂਦੇ ਸੀ ਮਿੰਟੂ ਦੇਖੋ ਦੋ ਰੂਮ ਸੀਗੇ ਇੱਕ ਚੋਂ ਆਪ ਰਹਿੰਦਾ ਸੀ ਇੱਕ ਚੋਂ ਦੁਪਹਰਾ ਰਹਿੰਦਾ ਸੀ ਅੱਜ ਦੌਰ ਨਾਲ ਉਹ ਕੋਠੀ ਵਧੀਆ ਖੇਤ ਚ ਪਈ ਹੈ ਬਹੁਤ ਵਧੀਆ ਰੋਜ਼ਗਾਰ ਹੈ ਇੱਜ਼ਤ ਹੈ ਜੇ ਜ਼ਿੰਦਗੀ ਤੁਸੀਂ ਜੋ ਮਰਜ਼ੀ ਕਰੀਓ ਫਿਰ ਤਾਂ ਯਾਰ ਰੱਬ ਜੋ ਮਰਜ਼ੀ ਕਰ ਲੇ ਤੁਸੀਂ ਆਪਣੀ ਜਿਹੜੀ ਬਣਦੀ ਰਿਸਪੈਕਟ ਵਾਪਸ ਲੈ ਲਈ ਸੋਸਾਇਟੀ 'ਚ ਤੁਸੀਂ ਵਾਪਸ ਆ ਗਏ ਤੁਸੀਂ ਆਪਣਾ ਵਧੀਆ ਓਕੂਪੇਸ਼ਨ ਲੈ ਲਿਆ ਤੁਸੀਂ ਪਰਿਵਾਰ ਰੱਬ ਨੇ ਤੁਹਾਨੂੰ ਬੇਟਾ ਦਿੱਤਾ ਹੋਇਆ ਜੇ ਦੇਖੋ ਤੇ ਜ਼ਿੰਦਗੀ 'ਚ ਇਹ ਬਹੁਤ ਖੁਸ਼ ਹੈ ਜੇ ਭੱਜੀ ਜਾਓ ਫਿਰ ਤਾਂ ਦੌੜ ਮੁੱਕਣੀ ਨਹੀਂ ਵੀਰੇ ਠੀਕ ਹੈ ਨਾ ਸੋ ਮੈਂ ਤਾਂ ਉਹ ਕਹਿੰਦਾ ਯਾਰ ਮੈਨੂੰ ਤਾਂ ਕੀ ਗੱਲ ਆਪਾਂ ਬੇਸ਼ੁਕਰੇ ਹੋ ਜਾਂਦੇ ਆ ਯਾਰ ਜਿਹੜਾ ਕੁਝ ਆਪਾਂ ਨੂੰ ਰੱਬ ਨੇ ਦਿੱਤਾ ਤੁਸੀਂ ਉਹਨੂੰ ਮਿੰਨਦੇ ਹੀ ਨਹੀਂ ਜਿਹੜਾ ਤੁਹਾਨੂੰ ਚਾਹੀਦਾ ਜਾਂ ਤੁਸੀਂ ਮੰਨਦੇ ਹੋ ਵੀ ਰੱਬ ਦੇ ਦੇ ਤੁਸੀਂ ਉਹ ਭਾਇਦੇ ਦੇ ਪਿੱਛੇ ਰਹਿੰਦੇ ਹੋ ਹੁਣ ਸੈਮੂਲ ਬਾਜੀ ਨੂੰ ਗੱਲ ਕੀਤੀ ਹੈ ਵੀ ਇਹ ਤਾਂ ਅੰਤ ਹੀ ਨਹੀਂ ਕਿ ਇੱਕ ਬਹੁਤ ਵੱਡਾ ਸਿਧਾਂਤ ਹੈ ਜ਼ਿੰਦਗੀ ਦਾ ਮੈਨੂੰ ਕਿਸੇ ਸਿਆਣੇ ਨੇ ਬੰਦੇ ਨੇ ਕਿਹਾ ਸੀ ਕਹਿੰਦਾ ਜਦੋਂ ਤੁਹਾਡੇ ਕੋਲ ਦੰਦ ਹੁੰਦੇ ਆ ਤੁਹਾਨੂੰ ਕੋਈ ਖਰੋਟ ਨਹੀਂ ਹੁੰਦੇ ਜਦੋਂ ਤੁਹਾਡੇ ਕੋਲ ਖਰੋਟ ਹੁੰਦਾ ਰੱਬ ਦੰਦਰ ਲੈ ਲੈਂਦਾ ਇਹ ਜਿਹੜਾ ਬੈਲੈਂਸ ਆਊਟ ਕਿਵੇਂ ਕਰਨਾ ਹੈ ਤੁਸੀਂ ਪੈਸਾ ਵੀ ਮਹੱਤਵਪੂਰਨ ਹੈ ਰਿਸ਼ਤੇ ਵੀ ਪਿਆਰ ਵੀ ਸਿਹਤ ਵੀ ਤੁਸੀਂ ਕੀ ਕਰ ਸਕਦੇ ਤੁਸੀਂ ਇਹਨੂੰ ਬੈਲੈਂਸ ਆਊਟ ਕਰਨਾ ਮੈਂ ਬਹੁਤ ਪੈਸੇ ਵਾਲੇ ਵੇਖਿਆ ਬੰਦੇ ਉਹਨਾਂ ਕੋ ਸਿਰਫ ਪੈਸਾ ਹੀ ਹੈ ਹੋਰ ਕੁਝ ਵੀ ਨਹੀਂ ਕਰ ਲੋਗਾ ਮੈਂ ਅਮੀਰਾ ਦੇ ਘਰ ਵੀ ਰਿਆਂ ਮੈਂ ਵੇਖਿਆ ਵੀਆ ਤੇ ਮੈਨੂੰ ਜਦੋਂ ਇਹਨੋਂ ਕੋ ਜੰਨਾ ਮੀਰਾ ਦਾ ਘਰੋਂ ਕੋ ਜੰਨਾ ਤੇ ਮੈਨੂੰ ਇਹ ਗੱਲ ਮਹਿਸੂਸ ਹੁੰਦੀ ਯਾਰ ਬਾਹਲੇ ਪੈਸੀ ਲੋੜ ਹੈ ਨਹੀਂ ਤੁਹਾਨੂੰ ਜੇ ਤੁਸੀਂ ਕਿਸੇ ਨੂੰ ਸ਼ਰਾਫ ਦੇਣਾ ਹੋਵੇ ਨਾ ਤੁਸੀਂ ਕਹੋ ਇਹਨੂੰ ਬਹੁਤ ਜ਼ਿਆਦਾ ਪੈਸਾ ਦੇ ਦਿਓ ਵੱਧਾ ਪਾਗਲ ਉਂਜੀ ਹੋ ਜਾਊਗਾ ਆ ਮਤ ਕਰ ਪੈਸੇ ਨਹੀਂ ਮਾਰਦੇ ਉਹ ਯਾਰ ਉਹ ਉਹਨੇ ਹਿਸਾਬ ਕਿਤਾਬ ਜੀ ਉਲਝ ਜਾਣਾ ਕਾਲ ਕਰਕੇ ਸਾਡੇ ਵਰਗੇ ਕੋਲੇ ਆ ਜੇ ਅਸੀਂ ਤਾਂ ਵੈਸੇ ਗੰਗਣ ਹੀ ਪਹਿਲਾਂ ਤਾਂ ਮੈਂ ਕਹਿੰਦਾ ਦੋ ਦਿਨ ਕੰਮਲੇ ਹੋ ਰਹਿਣਾ ਵੀ ਅੱਛਾ ਪੈਸੇ ਆ ਗਏ ਪਰ ਉਹ ਸੌਰੀ ਯਾਰ ਮੇਰੇ ਗੱਲ ਇਹ ਆ ਵੀ ਉਹ ਬੈਲੈਂਸ ਜ਼ਰੂਰੀ ਆ ਉਸ ਗੱਲ ਇਹ ਆ ਵੀ ਜੇ ਯਾਰ ਮੈਂ ਮੈਂ ਆਪਣੀ ਗੱਲ ਕਰਾਂ ਵੀ ਮੈਂ ਫਿਲਮ ਕਰਦਾ ਚਲੋ ਫਿਲਮ ਕਰ ਲਈ ਮੈਨੂੰ ਜ਼ਿੰਦਗੀ ਦਾ ਸਵਾਦ ਹੈ ਬਾਕੀ ਫਿਲਮ ਦੇ ਆਲੇ ਦੁਆਲੇ ਇਹ ਚੀਜ਼ਾਂ ਨੇ ਮੈਨੂੰ ਚੰਗੇ ਲੱਗਦੀਆਂ ਭਾਜੀ ਨਾਲ ਬਹਿ ਜੰਨਾ ਅਸੀਂ ਦੋ ਦੋ ਤਿੰਨ ਤਿੰਨ ਚਾਰ ਚਾਰ ਘੰਟੇ ਅਸੀਂ ਕਰੈਕਟਰ ਬਾਰੇ ਗੱਲਾਂ ਕਰੀ ਜਾਂਦੇ ਆ ਜਾਂ ਅਸੀਂ ਮਤਲਬ ਅਸੀਂ ਮੈਨੂੰ ਯਾਦ ਆ ਅਸੀਂ ਕਈ ਵਾਰ ਪਾਰਕ 'ਚ ਬੈਠੇ ਠੰਡ 'ਚ ਅਸੀਂ ਪੂਰੀ ਠੰਡ 'ਚ ਬੈਠੇ ਆਂ ਫਿਲਮ ਕਰੈਕਟਰ ਬਾਰੇ ਗੱਲ ਕਰ ਰਹੇ ਤੇ ਮਤਲਬ ਫਿਲਮ ਆਪਣੀ ਆਪਣੀ ਆਜ਼ਾਦੀ ਹੈ ਆਪਣੇ ਖਿਆਲ ਨੇ ਅਸੀਂ ਉਸ ਖਿਆਲ 'ਚ ਖੁਸ਼ ਆਂ ਚਾਹ ਪੀ ਲਈ ਅਸੀਂ ਖੁਸ਼ ਹੋ ਗਏ ਰੋਟੀ ਖਾ ਲਈ ਪਰੌਂਟੇ ਖਾ ਲਈ ਅਸੀਂ ਖੁਸ਼ ਹੋ ਗਏ ਯਾਰ ਖੁਸ਼ੀ ਲੈਣ ਲਈ ਨਾ ਕੋਈ ਤੈਨੂੰ ਵੱਡੀ ਚੀਜ਼ ਦੀ ਲੋੜ ਨਹੀਂਗੀ ਅੰਦਰ ਤੁਸੀਂ ਆਪ ਹੀ ਲੈ ਲਓ ਉਹ 'ਚ ਕੋਈ ਚਾਹ ਪੀ ਕੇ ਅਸੀਂ ਖੁਸ਼ ਹੋਣ ਵਾਲੇ ਬੰਦੇ ਭਰਾਵਾ ਸਾਡੇ ਮੇਰੇ 'ਚ ਉਹ ਵੀ ਕੰਮ ਆ ਵੀ ਲੋੜ ਪੈਦਾ ਦੇ ਚਲੋ ਸਿਆਣੇ ਜੇ ਬਣ ਜਾਈਦਾ ਤੇ ਜੇ ਲੋੜ ਪੈਸੀ ਕਮਲੇ ਵੀ ਸਿਰੇ ਦੇ ਜਿੰਨੇ ਕ ਕਮਲੇ ਸੀ ਉਹਨੇ ਕਿ ਸਿਆਣੇ ਵੀ ਹੈਗੇ ਆ ਹਾਂ ਬਿਲਕੁਲ ਭਜੀ ਅੱਜ ਦਾ ਜਿਹੜਾ ਇੱਕ ਚਲੋ ਸਰਕਾਰ ਨੇ ਵੀ ਇੱਕ ਚਲਾਇਆ ਚਲੋ ਮਹਿੰਮ ਚਲਾ ਰੱਖੀ ਹੈਗੀ ਨਸ਼ੇ ਦੀ ਰੋਕਥਾਮ ਦੇ ਲਈ ਹੈ ਨਾ ਬਹੁਤ ਸਾਰੀਆਂ ਹੋਰ ਸੋਸਾਇਟੀਜ਼ ਵੀ ਆਪਣਾ ਆਪਣਾ ਕੰਮ ਕਰਦੀਆਂ ਹੈਗੀਆਂ ਨਾ ਐਜ਼ ਐਨ ਐਕਟਰ ਜੇ ਤੁਹਾਡੇ ਤੋਂ ਜੇ ਮੈਂ ਪੁੱਛਾਂ ਤਾਂ ਕਿਹੜੀਆਂ ਚੀਜ਼ਾਂ ਨੇ ਜਿਸ ਦੇ ਨਾਲ ਤੁਹਾਨੂੰ ਲੱਗਦਾ ਕਿ ਯਾਰ ਆ ਚੀਜ਼ ਨੇ ਜੇ ਹੋ ਜਾਣਾ ਸ਼ਾਇਦ ਜਿਹੜਾ ਨਸ਼ਾ ਹੈਗਾ ਜੇ ਕਰ ਸਕਦਾ ਨੌਜਵਾਨੀ ਚ ਉੱਚ ਯਾਰ ਕੋਈ ਇੱਕ ਗੱਲ ਨਹੀਂ ਬੈਸ ਤਾਂ ਨਾ ਇਹਦੇ ਤੇ ਵੱਖ-ਵੱਖ ਪਹਿਲੂਆਂ ਤੇ ਕੰਮ ਕਰਨਾ ਪਊਗਾ ਉਹ ਸਾਡੀ ਪਿੰਡ ਦੀ ਇਕਾਈ ਤੋਂ ਲੈ ਕੇ ਕਿ ਪਿੰਡਾਂ ਦੇ ਮਾਹੌਲ ਕਿਵੇਂ ਠੀਕ ਹੋਣ ਜਿਹੜੀ ਉੱਥੇ ਵੋਟਾਂਕਾਰ ਨਹੀਂ ਇਹੋ ਜੇ ਤੜੇ ਫਿਰ ਅੱਗੇ ਕਾਸਟ ਦੇ ਮਸਲੇ ਤੇ ਮਜ਼ਦੂਰਾਂ ਦੇ ਵਿੜੇ ਜੇ ਹੋਰ ਪਾਸੇ ਦੂਜੇ ਕਿਸਾਨੀ ਜਿੱਦੋਂ ਮਨੁੱਖਤਾ ਪ੍ਰਤੀ ਐਮੀਅਤ ਜਾਗੂਗੀ ਨਾ ਤਾਂ ਚੀਜ਼ਾਂ ਹੋਣਗੀਆਂ ਪ ਸਭ ਤੋਂ ਪਹਿਲਾਂ ਜਿਹੜੀ ਜ਼ਰੂਰੀ ਗੱਲ ਉਹ ਇਹ ਹੈ ਕਿ ਜਿਹੜੀਆਂ ਸਰਕਾਰਾਂ ਨੇ ਨਾ ਉਹ ਸਰਕਾਰਾਂ ਸਹੀ ਚੁਣਦੇ ਹੀ ਤਾਂ ਹੁੰਦੇ ਆ ਵੀ ਉਹ ਮਾਹੌਲ ਨੂੰ ਠੀਕ ਕਰਨ ਉਹ ਸਰਕਾਰਾਂ ਦੀ ਇਮਾਨਦਾਰੀ ਚਾਹੀਦੀ ਹੈ ਤਾਂ ਜਾ ਕੇ ਕਿਤੇ ਐਜੂਕੇਸ਼ਨ ਨੂੰ ਬਹੁਤ ਜ਼ਿਆਦਾ ਠੀਕ ਤਰੀਕੇ ਨਾਲ ਸਾਡੇ ਕੋਲੇ ਸਮਾਜ ਵਿਗਿਆਨੀ ਉਹ ਪਿੰਡ ਤੱਕ ਸਮਾਜ ਵਿਗਿਆਨੀ ਦੇ ਨਾਮ ਹੀ ਕਿਹੋ ਜਿਹਾ ਲੱਗ ਰਿਹਾ ਵੀ ਸਮਾਜ ਵਿਗਿਆਨੀ ਵੀ ਕੋਈ ਹੁੰਦਾ ਹੈ ਹਨਾ ਮਨੋਵਿਗਿਆਨ ਦੇ ਬੰਦੇ ਉਹ ਸਾਡੇ ਪਿੰਡਾਂ ਤੱਕ ਜੇ ਪਹੁੰਚ ਕਰਨ ਸਾਡੇ ਸਕੂਲਾਂ ਤੱਕ ਇਸ ਲੈਵਲ ਦੀਆਂ ਯੂਨੀਵਰਸਿਟੀ ਲੈਵਲ ਦੀ ਜਿਹੜੀ ਇਹ ਐਜੂਕੇਸ਼ਨ ਦਾ ਪੱਧਰ ਆ ਨਾ ਉਹ ਪ੍ਰਾਇਮਰੀ ਲੈਵਲ ਤੋਂ ਸਟਰੋਂਗ ਹੋਵੇ ਤੇ ਪਿੰਡ ਦੀਆਂ ਜਿਹੜੀਆਂ ਪੰਚਾਇਤਾਂ ਆਟ ਨੇ ਉਹਨਾਂ ਦੇ ਨਾਲ ਸਿੱਧੇ ਡਾਕਟਰਾਂ ਦੇ ਮਨੋਵਿਗਿਆਨੀਆਂ ਦੇ ਸਮਾਜ ਵਿਗਿਆਨੀਆਂ ਦੇ ਸਿੱਧੇ ਸੰਪਰਕ ਹੋਣ ਥੱਲੇ ਤੱਕ ਤਾਂ ਥੋੜਾ ਜਿਹਾ ਮਾਹੌਲ ਜਿਹਾ ਬਣ ਜੇਗਾ ਆਰਟਿਸਟਾਂ ਦਾ ਆਬਾ ਬਣਦਾ ਅਸੀਂ ਬਥੇਰਾ ਥੀਏਟਰ ਵਗੈਰਾ ਕਰਦੇ ਰਹੇ ਹਾਂ ਹੁਣ ਤੱਕ ਵੀ ਚੱਲੂ ਜਿੰਨਾ ਕਾ ਉਹਦੇ ਨਾਲ ਆਈ ਨਹੀਂ ਕਿ ਬਹੁਤ ਵੱਡੀ ਕੋਈ ਤਬਦੀਲੀ ਹੁੰਦੀ ਹੈ ਬਟ ਜੇ ਉਹਦੇ ਕਰਨ ਨਾਲ ਕੋਈ ਇੱਕ ਦੋ ਬੰਦਿਆਂ ਦਾ ਜਾਂ ਜਿੰਨੇ ਵੀ ਹੋ ਸਕਦਾ ਤੁਸੀਂ ਕੰਟਰੀਬਿਊਟ ਕਰੋ ਆਪੋ ਆਪਣੀ ਜਗ੍ਹਾ ਤੇ ਇਹ ਨਾ ਸੋਚੋ ਵੀ ਸਾਡੇ ਕਿਤੇ ਕੰਮ ਕਰਨ ਵਾਲੇ ਕਿ ਦਮ ਕੋਈ ਤਬਦੀਲੀ ਆਏ ਨਹੀਂ ਹੋਣਾ ਇਹ ਬੜੀਆਂ ਜਣਾ ਡੁੰਗੀਆਂ ਨੇ ਸਾਰੇ ਕੁਛ ਦੀਆਂ ਆਪਾਂ ਵਕ ਵਕ ਪਲੇਟਫਾਰਮਾਂ ਤੇ ਕੰਮ ਕਰਨਾ ਪਊਗਾ ਬਿਲਕੁਲ ਜੀ ਕਿ ਇਹ ਉਹਦੀਆਂ ਜਿਹੜੀਆਂ ਮੁਹਿੰਮ ਹੈਗੀਆਂ ਮੈਨੂੰ ਲੱਗਦਾ ਨਹੀਂ ਕਿ ਛੇਤੀ ਛੇਤੀ ਤੁਰਦੀਆਂ ਜਾਂ ਛੇਤੀ ਛੇਤੀ ਕੋਈ ਮੋੜੀ ਬਣਦਾ ਹੈਗਾ ਪਰ ਸਾਨੂੰ ਆਪਦਾ ਆਪਦਾ ਫਰਜ਼ ਸਮਝ ਕੇ ਜ਼ਰੂਰੀ ਨਹੀਂ ਹੈਗਾ ਕਿ ਜਦੋਂ ਸਾਡੇ ਘਰੇ ਅੱਗ ਲੱਗਣੀ ਹੈ ਅਸੀਂ ਉਹਦੇ ਚੱਲਣਾ ਹੈਗਾ ਆਪਦਾ ਆਪਦਾ ਫਰਜ਼ ਸਮਝ ਕੇ ਸਾਨੂੰ ਇਸ ਜਿਹੜੀ ਮੁਹਿੰਮ ਹੈਗੀ ਹੈ ਘਟੋ ਘਟ ਇਹਦੇ ਅੰਦਰ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਚੱਲਣਾ ਪੈਣਾ ਜੇ ਅਸੀਂ ਆਪਣੀ ਜਵਾਨੀ ਬਚਾਉਣੀ ਹੈ ਤਾਂ ਬਾਈ ਜੀ ਸਰੀਅਸ ਬਹੁਤ ਗੱਲਾਂ ਹੋ ਗਈਆਂ ਸੰਜੀਤਾ ਬਹੁਤ ਗੱਲਾਂ ਸੀ ਕਰ ਲਈਆਂ ਹੈਗੀਆਂ ਹੁਣ ਮੈਂ ਨਾ ਡਾਇਲੌਗ ਮੈਂ ਕੋਈ ਨਹੀਂ ਪੁੱਛਦਾ ਮੈਂ ਕੋਈ ਡਾਇਲੌਗ ਨਹੀਂ ਪੁੱਛਣਾ ਮੈਂ ਕੁਛ ਨਹੀਂ ਮੈਂ ਖੱਪ ਪੁੱਛਣੀ ਹੈ ਸੈੱਟ ਤੇ ਖੱਪ ਕੋਈ ਜਿਹੜੀ ਕੋਈ ਖੱਪ ਜਿਹੜੀ ਕਿੱਸਾ ਕੋਈ ਜ਼ਰੂਰ ਸਕਦਾ ਸੰਝ ਖੱਪ ਦਾ ਯਾਰ ਤੁਹਾਨੂੰ ਮਾਈਕਾ ਕੱਟਿੰਡ ਵਰ ਨਾ ਨਹੀਂ ਕੋਈ ਗੱਲ ਅੱਛਾ ਮੈਂ ਸੱਚ ਸੱਚ ਮਲਵਾ ਜੀ ਨਹੀਂ ਪਤਾ ਉਹ ਆਪਾਂ ਸ਼ੂਟ ਕਰਦੇ ਸੀ ਲਾਸਟ ਦੇ ਸੀ ਆਪਾਂ ਮਲੋੜ ਸ਼ੂਟ ਕੀਤਾ ਸੀ ਤੇ ਆਪਾਂ ਅਗਲੇ ਦਿਨ ਜਾਣਾ ਸੀ ਚੰਡੀਗੜ੍ਹ ਤੇ ਮੈਂ ਅਸੀਂ ਸ਼ੂਟ ਕਰਦੇ ਸੀ ਇੱਥੇ ਚਾਪੇ ਵਾਲੀ ਤੇ ਭਾਜੀ ਡਰੈਸ ਸੀਗੇ ਤੁਸੀਂ ਯੂਨੀਫਾਰਮ ਸੀਗੇ ਤੇ ਮੈਂ ਕਹਾ ਭਾਜੀ ਆਪਾਂ 5 ਮਿੰਟ ਘਰੇ ਜਾਣਾ ਵੀ ਹੈਲੋ ਬੋਲ ਕੇ ਆਉਣਾ ਤੇ ਭਾਜੀ ਕਹਿੰਦੇ ਚਲ ਕੋਈ ਨਹੀਂ ਭਾਜੀ ਨੇ ਪੱਗ ਪੱਗ ਬੰਨੀ ਤੇ ਪੁਲਿਸ ਯੂਨੀਫਾਰਮ ਵਾਲੀ ਸੀਗੇ ਤਾਂ ਮੈਂ ਘਰੇ ਲੈ ਗਿਆ ਮੈਂ ਜਦੋਂ ਘਰੇ ਪਹੁੰਚਿਆ ਤੇ ਮੈਨੂੰ ਤੇ ਆਫ ਕੋਰਸ ਪਤਾ ਸੀ ਵੀ ਭਾਜੀ ਵੀ ਐਕਟਰ ਕਰ ਲਏ ਮੇਰੇ ਮੰਮੀ ਆਏ ਤੇ ਮੰਮੀ ਦੇ ਰੰਗ ਜਿਓਟ ਗਏ ਮੈਨੂੰ ਵੇਖ ਕੇ ਮੈਂ ਇਹ ਕੀ ਉਹਨੂੰ ਲੱਗਿਆ ਵੀ ਸਾਲਾ ਪੁਲਿਸ ਵਾਲਾ ਪਤਾ ਨਹੀਂ ਕੌਣ ਆ ਗਿਆ ਕਰ ਮੈਂ ਨਾ ਉਹਨੂੰ ਕਹਿੰਦੇ ਹਾਂ ਜੀ ਬੇਟਾ ਤੁਸੀਂ ਉਹਨ ਭਾਜੀ ਨੂੰ ਵੇਖੀ ਜਾਨ ਮੈਂ ਕਿਹਾ ਵੀ ਇਹ ਭਾਜੀ ਅਸੀਂ ਸੰਮਲ ਭਾਜੀ ਨੇ ਉਹਦੇ ਮਿਲੇ ਤੇ ਮੈਂ ਕਹਿੰਦਾ ਵੀ ਇਹ ਕਿਵੇਂ ਇੰਜ ਡਰੈਸ ਚ ਮੈਂ ਕਿਹਾ ਇਹ ਕਰੈਕਟਰ ਚ ਨਹੀਂ ਫਿਰ ਉਹ ਕਹਿੰਦਾ ਵੀ ਹਾਂ ਠੀਕ ਆ ਯਾਰ ਕਿਉਂਕਿ ਆਪਣੇ ਪੁਲਿਸ ਘਰੇ ਆਉਣੀ ਕੋਈ ਚੰਗੀ ਨਹੀਂ ਬੰਦੀ ਜਾਂਦੀ ਹੈ ਨਾ ਉਹ ਥੋੜਾ ਜਿਆ ਤੇ ਬਾਕੀ ਯੂ نو ਮੈਨੂੰ ਤਾਂ ਇਹ ਲੱਗਦਾ ਵੀ ਸੈਟ ਤੇ ਹੋਣਾ ਆਪਣੇ ਆਪ ਚ ਇੱਕ ਬਹੁਤ ਵੱਡੀ ਇੱਕ ਹੁੰਦੀ ਹੈ ਜਿਹੜੀ ਇੱਕ ਚੀਜ਼ ਹੁੰਦੀ ਹੈ ਕਿ ਜਿਹੜੀ ਤੁਸੀਂ ਫਿਲਮ 'ਚ ਸਿੱਖਦੇ ਹੋ ਪਰ ਸੈੱਟ ਦੇ ਬਿਹਾਈਂਡ ਦਾ ਸੈੱਟ ਉ ਤੁਸੀਂ ਕੀ ਕਰਦੇ ਹੋ ਕਿਹੜੇ ਲੋਕਾਂ ਨਾਲ ਰਹਿੰਦੇ ਹੋ ਕੀ ਸੋਚਦੇ ਹੋ ਉਹ ਬਹੁਤ ਵਧੀਆ ਜਿਵੇਂ ਮੈਨੂੰ ਮੰਨਿਆ ਜਾਵੇ ਦੁਨੀਆ ਦੀ ਸਭ ਤੋਂ ਚੰਗੀ ਥਾਂ ਕਿਹੜੀ ਹੈ ਤਾਂ ਮਨ ਨਾਲ ਸੈੱਟ ਹੁੰਦੀ ਹੈ ਕਿਉਂਕਿ 30 35 ਦਿਨ ਚਾਰ 40 ਦਿਨ ਤੁਸੀਂ ਉਹ ਲੋਕਾਂ ਨਾਲ ਰਹਿੰਦੇ ਹੋ ਤੇ ਉਹ ਟੈਕਨੀਸ਼ੀਅਨ ਆਨ ਦਿ ਡਾਇਰੈਕਟਰਸ ਨਾਲ ਨੇ ਜੋ ਤੁਹਾਡੀ ਸੋਚ ਨੂੰ ਸੋਚ ਦੇ ਨਾਲ ਚੱਲਦੇ ਨੇ ਸੋ ਯਾਰ ਉਹ ਅਲੱਗ ਹੁੰਦੇ ਨੇ ਕੋਈ ਮੈਂ ਇੱਕ ਪਿੰਨ ਪੁਆਇੰਟ ਗੱਲ ਕਰਾਂ ਤੇ ਉਹ ਥੋੜ੍ਹਾ ਹੋ ਜਾ ਬਟ ਪਰ ਬਹੁਤ ਵਧੀਆ ਸਹੀ ਮਾਹੌਲ ਹੁੰਦਾ ਮੇਰੇ ਲਈ ਤਾਂ ਮਾਹੌਲ ਇਸੇ ਲਈ ਵਧੀਆ ਸੀ ਕਿਉਂਕਿ ਮੈਂ ਮਲੋਟ ਸ਼ੂਟ ਕਰ ਰਿਹਾ ਸੀ ਮਲੋਟ ਛਾਪੇ ਵਾਲੀ ਤੇ ਬੁਰਜਾ ਤਿੰਨੇ ਪਿੰਡ ਚਾਰ-ਚਾਰ ਕਿਲੋਮੀਟਰ ਦੇ ਵਕਫੇ ਤੇ ਆ ਮੇਰਾ ਜਦੋਂ ਜੀ ਕਰਦਾ ਮੈਂ ਘਰੇ ਚੱਲ ਜਾਂਦਾ ਸੀ ਜਦੋਂ ਜੀ ਕਰਦਾ ਰੋਟੀ ਖਾਉਂਦਾ ਸੀ ਜਦੋਂ ਜੀ ਕੀਤਾ ਮੈਂ ਘਰੋਂ ਆ ਗਿਆ ਫਿਰ ਮੈਨੂੰ ਰੋਟੀ ਲਿਆਇਆ ਕਦੀ ਲੱਸੀ ਲਿਆਇਆ ਕਦੀ ਪਰੌਂਠੇ ਲਿਆਇਆ ਤੇ ਕਦੀ ਕੁਛ ਲਿਆਇਆ ਸੋ ਉਹ ਨਾ ਬੜਾ ਵਧੀਆ ਰਿਹਾ ਕਈ ਵਾਰ ਕੀ ਹੁੰਦਾ ਕਿ ਤੁਸੀਂ ਸ਼ੂਟ ਬਹੁਤ ਵਧੀਆ ਕਰਦੇ ਹੋ ਤੁਸੀਂ ਘਰੋਂ ਦੂਰ ਹੁੰਨੇ ਹੋ ਜਾਂ ਤੁਸੀਂ ਬਾਹਰ ਸ਼ੂਟ ਕਰਦੇ ਹੋ ਉਹ 4 5 6 ਦਿਨ ਤੱਕ ਵਧੀਆ ਲੱਗਦੇ ਆ ਪਰ ਜਦੋਂ ਤੁਸੀਂ 1.5 ਮਹੀਨਾ ਜਾਂ 2 ਮਹੀਨੇ ਜਾਂ ਮਹੀਨਾ ਸੈੱਟ ਕਰਦੇ ਹੋ ਫਿਰ ਤੁਸੀਂ ਅਦਾਸੀ ਜਿਹੀ ਹੋ ਜਾਂਦੀ ਹੈ ਤੁਹਾਡਾ ਕਰ ਨੇੜੇ ਹੋਏ ਨਾ ਤੇ ਸੌਖਾ ਰਹਿੰਦਾ ਤੁਹਾਨੂੰ ਸੋ ਇਹ ਫਿਲਮ ਕੀਤੀ ਮੈਂ ਜੋ ਸਾਡੇ ਵਾਲੇ ਵੀ ਕੀਤੀ ਸੀ ਉਹ ਵੀ ਅਸੀਂ ਮਠੰਡੇ ਕੀਤੀ ਸੀ ਮਲੋਟ ਉਹ ਵੀ ਮੇਰਾ ਰਿਆ ਮਤਲਬ ਵਧੀਆ ਰਿਆ ਸੋ ਟੋਟਲੀ ਜਿਵੇਂ ਮੈਂ ਨਾਲ ਦਾ ਮੈਂ ਗਲਤ ਮੈਂ ਜਵਾਬ ਦੇ ਹੀ ਦਿੱਤਾ ਬਿਲਕੁਲ ਭਾਈ ਜੀ ਤੁਸੀਂ ਸੁਣਾਓਗੇ ਕਦੀ ਖੱਪ ਛੋਟੀ ਜੀ ਯਾਰ ਮੇਰਾ ਤੂੰ ਮੂੰਹ ਦੇਖਾ ਦੇ ਸਦੀ ਗੱਲਾਂ ਚੰਗੀ ਤਰ੍ਹਾਂ ਦਿਖਾ ਦੇ ਇਹ ਬੜਾ ਸਜਿੰਦਾ ਹਾਂ ਗੰਬੀਰ ਜਾਂ ਹਨ ਕਈ ਵਾਰੀ ਮੈਂ ਹਸਨ ਖੜਨ ਵਾਲੀਆਂ ਗੱਲਾਂ ਕਰ ਲੈਣਾ ਪਰ ਜਿਵੇਂ ਨਾ ਮੇਰੇ ਸਿੱਟ ਤੇ ਜਾ ਕੇ ਮੇਰੀ ਥੋੜੀਆਂ ਦਿੱਕਤਾਂ ਮੈਂ ਚੁੱਪ ਜੇ ਕਰਕੇ ਬੈਠਾ ਰਹਨਾ ਨਾ ਕੋਈ ਆ ਜੇ ਤਾਂ ਗੱਲਾਂ ਬਾਤਾਂ ਚੱਲਦੀਆਂ ਗੱਲਾਂ ਬਾਤਾਂ ਫਿਰ ਵੀ ਚੱਲਦੀਆਂ ਰਹਿੰਦੀਆਂ ਵੀ ਜਿਹੜੇ ਅਸੀਂ ਕੈਰੈਕਟਰ ਕਰਦੇ ਆ ਇਹ ਕਿਹੋ ਜਿਹਾ ਕਿਵੇਂ ਕੀ ਗੱਲਬਾਤ ਐਕਟਿੰਗ ਕਿਵੇਂ ਹੋ ਯਾਰ ਮੈਨੂੰ ਨਾ ਫਿਕਰ ਪੈ ਜਾਂਦਾ ਮੈਂ ਡਰਪੋਕ ਆ ਬਹੁਤ ਕਾਰਨ ਇਹ ਇੰਨੇ ਸਾਲਾਂ ਤੋਂ ਲੱਗੇ ਲੁਗੇ ਆ ਕੋਈ ਹਸਾਬ ਚ ਮਤਲਬ ਉਵੇਂ ਨਹੀਂ ਆ ਰਹੀਗਾ ਝਲਕ ਜੀ ਕਿਤੇ ਪੈਂਦੀ ਆ ਵੀ ਸ਼ਾਇਦ ਕੋਈ ਆ ਚੀਜ਼ ਐਕਟਿੰਗ ਹੈ ਹੁਣ ਉਹ ਉਹ ਫਿਕਰਾਂ ਵਿੱਚ ਤੇ ਕੰਮ ਜੇ ਕਰਦੇ ਹੋ ਤੁਰੇ ਫਰੀਦਾ ਜਿਵੇਂ ਹੁਣ ਮੇਰੇ ਅੰਦਰ ਹਾਸਾ ਜਾਂ ਆਇਆ ਸੀ ਮੈਂ ਕਿਸੇ ਨੂੰ ਇਹ ਗੱਲ ਦੱਸੀ ਵੀ ਨਹੀਂ ਤੇ ਉਹ ਇੱਕ ਇੱਕ ਸੀਨ ਉਹਦੇ ਚ ਹੈਗਾ ਕਿ ਕੋਈ ਕਾਲ ਜਾਲਿਆ ਐਂ ਪਾਰ ਰੇ ਰੋਲਰ ਪਾ ਜਾ ਤੇ ਹੁਣ ਕੋਈ ਕਿਵੇਂ ਕਰੀਏ ਵੀ ਸਿੱਧਾ ਤੂੰ ਉਹਨੂੰ ਡਰਾਈਡੂ ਜੀ ਜਾਂ ਕਿਵੇਂ ਕੀਆ ਇਨਨੂੰ ਮੈਂ ਜਿਪਸੀ ਜੀ ਲੈ ਕੇ ਆਉਣਾ ਮੈਂ ਦੇਖਿਆ ਵੀ ਇਹ ਤਾਂ ਕੰਮ ਜਾਂ ਖਰਾਬ ਆ ਵੀ ਇਨਨੇ ਬਹੁਤ ਪੀੜ ਕਾਲ ਜਿਹਦੇ ਬਦਿਆਰਤੀ ਸਾਰੇ ਮੈਂ ਹਸਾਬ ਜਾਂ ਲਾਇਆ ਵੀ ਇੱਕ ਪ੍ਰਭਾਵ ਜਾਂ ਪਾ ਦिए ਫਿਰ ਇਹਨਾਂ ਤੇ ਮੈਂ ਆਪਦੀ ਉਹਦੇ ਚੋਂ ਜਿਪਸੀ ਜੀ ਚੋਂ ਇੱਕ ਬੰਦਾ ਕੱਢਿਆ ਉਹ ਹੁੰਦਾ ਪੂਰਾ ਮੂਟਾ ਤਾਜਾ ਤੇ ਮੈਂ ਸਾਹਮਣੇ ਲਾਇਆ ਉਹ ਉਹਨਾਂ ਦੇ ਥੜ ਥੜ ਤਿੰਨ ਚਾਰ ਮਾਰਿਆ ਉਹ ਸਾਰੇ ਚੁੱਪ ਹੋ ਗਏ ਨੇ ਨਾਲ ਹੀ ਵੀ ਆ ਕੇ ਚੱਕਰ ਪੈ ਗਿਆ ਅੰਦਰ ਮੈਂ ਹੱਸ ਰਿਹਾ ਸੀ ਯਾਰ ਵੀ ਐਡਾ ਮੋਟਾ ਸਾਰਾ ਬੰਦੇ ਨੂੰ ਮੈਂ ਕੁੱਟ ਤਾਂ ਹੀ ਰਿਹਾ ਕਿਉਂਕਿ ਮੇਰੇ ਪਰਦੇ ਪਈ ਇਹ ਉਹ ਜੂਰੇ ਦਾ ਮੈਂ ਕਿਹਾ ਯਾਰ ਜੇ ਮੈਨੂੰ ਇਹ ਅੱਗੇ ਪਿੱਛੇ ਮਿਲਿਆ ਹੁੰਦਾ ਮੇਰੀ ਧੂੜ ਭਰਾ ਦਿੰਦਾ ਇਹ ਮੇਰੇ ਅੰਦਰ ਚੱਲੀ ਦਿਮਾਗ ਚ ਜੇਗਾ ਮੈਂ ਖੈਰ ਇਹ ਮੇਰੀ ਤੈਹ ਲਾ ਦਿੰਦਾ ਕੁੱਟ-ਕੁੱਟ ਕੇ ਪੂਰਾ ਮੋਟਾ ਸਾਰਾ ਪਰ ਉਹ ਕਰੈਕਟਰ ਤੋਂ ਕਹਿੰਦੇ ਡਾਇਰੈਕਟਰ ਕਹਿੰਦਾ ਕੈਰੈਕਟਰ ਚੋਂ ਬਾਹਰ ਨਹੀਂ ਆਈ ਦੋਂ ਦਾ ਉਹ ਮਰਿੰਦਰ ਜੀ ਗੱਲ ਚੱਲੀ ਚਲੋ ਉਹ ਵਿੱਚ ਅਸਲ ਪਤਾ ਬਹੁਤ ਕੁਝ ਯਾਰ ਐਕਟ ਕਰਦੇ ਹੋਏ ਪਤਾ ਨਹੀਂ ਕੀ ਕੋਈ ਦਿਮਾਗਾਂ ਚ ਚੱਲਦਾ ਰਹਿੰਦਾ 100% ਚੀਜ਼ਾਂ ਪਤਾ ਨਹੀਂ ਇਰਫਾਨ ਸਾਹਿਬ ਕਰਦੇ ਹੁੰਦੇ ਇਰਫਾਨ ਸਾਹਿਬ ਉਮਪੂਰੀ ਨਸੀਰ ਇਹ ਲੋਕਾਂ ਨਵਾਜੂਦੀਨ ਹੋ ਰਹੀਏ ਵੱਡੇ ਵੱਡੇ ਲੋਕ ਨੇ ਯਾਰ ਅਸੀਂ ਤਾਂ ਬਸ ਕਿਤੇ ਨਾ ਕਿਤੇ ਹਾਂ ਆਉਣ ਵਾਲੇ ਟਾਈਮ 'ਚ ਸ਼ਾਇਦ ਕੋਈ ਚੰਗਾ ਕਿਤੇ ਕੰਮ ਕੁਮ ਮਿਲਦਾ ਰਹੇ ਕਿਤੇ ਕਵੀ ਚਲਕ ਪਾਉਂਗੀ ਤੁਰ ਦੇ ਸਾਡੀ ਤਾਂ ਆਸ ਵੀ ਇਹੀ ਹੈ ਗੁਜਾਰਿਸ਼ ਵੀ ਇਹੀ ਹੈਗੀ ਹੈ ਮੇਕਰਸ ਨੂੰ ਕਿਉਂਕਿ ਜਿਹੜੇ ਚੰਗੇ ਕਲਾਕਾਰ ਹੈਗੇ ਆ ਤੈਨੂੰ ਵੀ ਐਕਟਿੰਗ ਦਾ ਹਾਂਜੀ ਐਕਟਿੰਗ ਦਾ ਸ਼ੌਂਕ ਹੈ ਤੈਨੂੰ ਨਹੀਂ ਮੈਨੂੰ ਗਾਉਣ ਦਾ ਹੈਗਾ ਜੀ ਐਕਟਿੰਗ ਦਾ ਠੀਕ ਹੈ ਜੇ ਕਦੇ ਪੰਗਾ ਪਿਆ ਤਾਂ ਪਰ ਇੰਨਾ ਹਲੇ ਸੋਚਿਆ ਨਹੀਂ ਗਾਉਣ ਵਾਲੇ ਪਾਸੇ ਹਜੇ ਉਹਨਾਂ ਕਿੱਥੇ ਅੱਛਾ ਗਾਉਣ ਵਾਲੇ ਪਾਸੇ ਠੀਕ ਹੈ ਨਹੀਂ ਇਹਦੇ 'ਚ ਮੈਂ ਥੋੜਾ ਜਿਹਾ ਤਜਰਬਾ ਕੀਤਾ ਜਿਵੇਂ ਸੁਖ ਨੇ ਬਹੁਤ ਵਧੀਆ ਤਰੀਕੇ ਨਾਲ ਮੈਨੂੰ ਤਾਂ ਇਹ ਨਹੀਂ ਦੀ ਗਹਿਰਾ ਹੀ ਨਹੀਂ ਸੀ ਪਤਾ ਜਿੰਨੀ ਚੀਜ਼ ਦੱਸ ਸਕਿਆ ਵੀ ਇਹ ਆਏ ਕਰੈਕਟਰ ਕੀਤਾ ਵੀ ਆਮ ਬੋਲਣ ਦਾ ਤਰੀਕਾ ਜਾਂ ਕਿਵੇਂ ਹਨ ਮੇਰਾ ਆਪਣਾ ਜ਼ਾਤੀ ਮੇਰਾ ਹੋ ਰਿਹਾ ਸੋ ਮੈਂ ਤੁਹਾਨੂੰ ਭਾਜੀ ਕੀ ਦੱਸਾਂ ਮੈਂ ਕਰੈਕਟਰ ਦੇ ਬਾਰੇ ਪਰ ਪਰ ਮੇਰਾ ਮੇਰਾ ਹੋ ਸੀ ਨਾ ਹਾਂ ਨਹੀਂ ਤੁਹਾਡੇ ਬਾਰੇ ਕਿਸੇ ਬ੍ਰਿਨਨ ਦੂਸਰਾ ਬੰਦਾ ਵਿਅਕਤੀ ਉਹ ਜ਼ਿਆਦਾ ਸਹੀ ਦੱਸ ਸਕਦਾ ਪਰ ਮੈਂ ਇਹਦੇ 'ਚ ਇੱਕ ਵੱਖਰੇ ਤਰੀਕੇ ਦਾ ਕੁਝ ਜੋ یکٹر ਨੂੰ ਕਰਨ ਦਾ ਟੰਗ ਤਰੀਕਾ ਹੁੰਦਾ ਵੀ ਪੁਲਿਸ ਵਾਲਾ ਜਿਵੇਂ ਪਹਿਲਾਂ ਪੰਜਾਬੀ ਫਿਲਮਾਂ ਚ ਦਿਖਾਇਆ ਜਾਂਦਾ ਔਰ ਔਲੇ ਰਪਿਆ ਵਾਲਾ ਉਹ ਨਹੀਂ ਬਹੁਤ ਹੀ ਸੁਭਾਵਿਕ ਮੈਂ ਬੋਲ ਡਾਇਲੌਗ ਬੋਲ ਰਿਹਾ ਹਾਂ ਇਹ ਜਿਹੜੀ ਬੋਲੀ ਹੈ ਇਹ ਜ਼ੁਬਾਨ ਹੈ ਇਸ ਤੋਂ ਬਿਨਾ ਵੀ ਤੇ ਚੀਜ਼ਾਂ ਬੋਲਦੀ ਬਿਲਕੁਲ ਉਹ ਵੀ ਆਪਣਾ ਬਿਸਨੈਸ ਇੰਟਰੋਡਿਊਸ ਹੋਣ ਤੇ ਇਹ ਇਹ ਗੱਲ ਦਿਮਾਗ ਚ ਆ ਕੀ ਰਿਹਾ ਅ ਚੰਗੇ ਐਕਟਰ ਜਾਂ ਚੰਗੇ ਕਲਾਕਾਰ ਜਦੋਂ ਸਾਹਮਣੇ ਆਉਣਗੇ ਤਾਂ ਫਿਰ ਬਹੁਤ ਸਾਰੀਆਂ ਚੀਜ਼ਾਂ ਦੇਖਣ ਨੂੰ ਮਿਲਣਗੀਆਂ ਬਹੁਤ ਸਾਰੇ ਐਕਸਪੈਰੀਮੈਂਟ ਫਿਰ ਡਾਇਰੈਕਟਰ ਵੀ ਕਰ ਸਕਦਾ ਉਹ ਲੋਕਾਂ ਨੂੰ ਚੰਗੀਆਂ ਜਿਹੀਆਂ ਲੱਗੀਆਂ ਤਾਂ ਉਹਦੀ ਅਗਲੀ ਅਗਲੀ ਗੱਲ ਇਹ ਹੋਏਗੀ ਕਿ ਉਹ ਲੋਕਾਂ ਦੇ ਅੰਦਰ ਪਈਆਂ ਤਾਂ ਚੰਗੀਆਂ ਲੱਗਦੀਆਂ ਹੁੰਦੀਆਂ ਨਹੀਂ ਤਾਂ ਨਹੀਂ ਨਹੀਂ ਜੇ ਹੁਣ ਇਹਨਾਂ ਨੂੰ ਇਰਫਾਨ ਨੂੰ ਇਹਨਾਂ ਲੋਕਾਂ ਨੂੰ ਪਸੰਦ ਕਰਦੇ ਅੰਦਰ ਹੀ ਪਈਆਂ ਸੀ ਕਿਤੇ ਉਹ ਬੇਸਲਾਪਨ ਕਈ ਵਾਰੀ ਇਧਰ ਉਧਰ ਕਰ ਦਿੰਦਾ ਬਾਕੀ ਜ਼ਿੰਦਗੀ ਜਿੰਦਾਬਾਦ ਯਾਰ ਹਰ ਹਾਲ 'ਚ ਨਾ ਘੈਂਟ ਜਿਹੇ ਤਰੀਕੇ ਨਾਲ ਬਸ ਜੋਮੋ ਕਿਸੇ ਨੂੰ ਤੋਂ ਕੋਈ ਤਕਲੀਫ ਨਾ ਆਵੇ ਉਹ ਬਸ ਨਾ ਵੀ ਨਫਰਤੀ ਰੱਖੀ ਰੱਖਣੀ ਉਹ ਉਹਨੂੰ ਘਟਾਓ ਆਪਣੇ ਅੰਦਰਾਂ ਤੋਂ ਬਾਕੀ ਕੋਈ ਚੱਕਰ ਨਹੀਂ ਬਿਲਕੁਲ ਬਹੁਤ ਸੋਹਣਾ ਮੈਸੇਜ ਵੀ ਕਿ ਪਿਆਰ ਵੰਡੋ ਪਿਆਰ ਲਓ ਤੇ ਜ਼ਿੰਦਗੀ ਜ਼ਿੰਦਾਬਾਦ ਰਹਿਣੀ ਚਾਹੀਦੀ ਹੈਗੀ ਹੈ ਬਾਈ ਜੀ ਜਾਂਦੇ ਜਾਂਦੇ ਕੀ ਮੈਸੇਜ ਦੇਣਾ ਚਾਹੁੰਦੇ ਆ ਆਡੀਅנס ਨੂੰ ਤੇ ਕਦੋਂ ਆ ਰਹੀ ਹੈ ਫਿਲਮ ਜ਼ਿੰਦਗੀ ਜਿੰਦਾਬਾਦ 27 ਅਕਤੂਬਰ 2023 ਤੇ ਮੈਸੇਜ ਤਾਂ ਚਲੋ ਗੱਲ ਸਾਰੀ ਆਪਾਂ ਕਰ ਹੀ ਲਈ ਹੈ ਬਟ ਇਹ ਹੈ ਕਿ ਚਲੋ ਵੀ ਫਿਲਮ ਲੈ ਕੇ ਆ ਰਹੇ ਆ ਤੇ ਮੈਨੂੰ ਇਹ ਲੱਗਦਾ ਕਿ ਅਸੀਂ ਫਿਲਮ ਬਣਾਈ ਆ ਸਾਡੇ ਵੱਲੋਂ ਪ੍ਰੋਡੂਸਰ ਵੱਲੋਂ ਸਾਗਾ ਸਟੂਡੀਓ ਸੁਮਿਤ ਭਾਜੀ ਤੇ ਸਭ ਨੇ ਕਿਉਂਕਿ ਯਾਰ ਫਿਲਮ ਨਾ ਅੱਜ ਕੱਲ ਮੇਕਿੰਗ ਸੌਕੀ ਹੋ ਗਈ ਆ ਉਹਨੂੰ ਮਾਰਕੀਟਿੰਗ ਉਹਨੂੰ ਪ੍ਰੋਮੋਸ਼ਨ ਤੇ ਉਹਨੂੰ ਰਿਲੀਜ਼ ਕਰਨਾ ਅੱਜ ਬੜਾ ਟ੍ਰਿਕੀ ਜਿਹਾ ਕੰਮ ਹੋ ਗਿਆ ਸੋ ਬੰਦਾ ਹੋਰ ਕੋ ਮਿਹਨਤ ਕਰਦਾ ਮੈਂ ਤਾਂ ਇਹ ਚਾਹੁੰਦਾ ਵੀ ਹਰ ਫਿਲਮ ਜਿਹੜੀ ਸਾਲ ਚ ਮਹੀਨੇ ਚ ਹਫਤੇ ਚ ਆਉਂਦੀ ਆ ਚੱਲੇ ਭਾਵੇਂ ਹਫਤੇ ਚ ਦੋ ਫਿਲਮਾਂ ਵੀ ਆ ਰਹੀਆਂ ਸਭ ਦੀਆਂ ਚੱਲਣ ਸਾਡੀਆਂ ਵੀ ਚੱਲਣ ਸੋ ਸਾਡਾ ਰੋਜੀ ਰੋਟੀ ਉਸ ਫਿਲਮ ਨਾਲ ਹੀ ਆ ਸੋ ਆਇਓ ਜ਼ਰੂਰ ਆਇਓ ਤੇ ਮੈਂ ਇਹ 100% ਯਕੀਨ ਦਵਾਉਣਾ ਵੀ ਉਹੀ ਗੱਲ ਹੋਗੀ ਯਾਰ ਆਪਣੀ ਵਾਰ-ਵਾਰ ਹਰ ਕੋ ਬੰਦੇ ਬੋਲਦਾ ਵੀ ਯਾਰ ਫਿਲਮ ਚੰਗੀ ਹੈ ਇਹ ਤੁਸੀਂ ਡਿਸਾਈਡ ਕਰਿਓ 27 ਨੂੰ ਆ ਕੇ ਸੋ 27 ਤਰੀਕ ਨੂੰ ਆ ਰਹੀ ਹੈ ਜ਼ਿੰਦਗੀ ਜ਼ਿੰਦਾਬਾਦ ਤੇ ਤੁਸੀਂ ਜਿਹੜੇ ਰੋ ਸਾਡੇ ਨਾਲ ਦੇਖਦੇ ਰਹੋ ਚਸਕਾ ਟੀ